ਵਾਹਿ ਗੁਰੂ ਵਾਹਿਗੁਰੂ ਸਾਹਿਬ ਜੀਓ। ਬੇਸ਼ੁਮਾਰ ਅਥਾਹ ਯਗਨ ਤੇ ਅਤੋਲ ਜਿਉਂ ਬੋਲਾਵੋ ਤਿਉਂ ਨਾਨਕ ਦਾਸ ਬੋਲੇ। ਜਿਉਂ ਬੋਲਾਵੋ ਤਿਉਂ ਨਾਨਕ ਦਾਸ ਬੋਲੇ। ਧੰਨ ਗੁਰੂ ਦੇਵ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਨ ਸਤਸੰਗਤ ਜੀਓ, ਸ਼ਹਾਦਤ ਦੇ ਪਾਵਨ ਦਿਵਸ ਚੱਲ ਰਹੇ ਨੇ। ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ, ਨਾਨਕ ਪ੍ਰਸਤਰਾਂ ਮੌਜੂਦ ਨੇ, ਉਹ ਆਪਣੇ ਵਿਰਾਸਤ ਨੂੰ, ਆਪਣੇ ਉਹਨਾਂ ਮਹਾਨ ਮਰਜੀਵੜਿਆਂ ਨੂੰ ਆਪਣੀ ਸ਼ਰਧਾ ਦੇ ਪੁਸ਼ਪ ਅਰਪਿਤ ਕਰ ਰਹੇ ਨੇ। ਸੋ ਆਪ ਵੀ ਗੁਰੂ ਕੇ ਹਜ਼ੂਰ ਹਾਜ਼ਰੀਨ ਹੋਏ ਹੋ। ਸਵੇਰ ਸਮੇਂ ਤੋਂ ਦੀਵਾਨ ਚੱਲ ਰਹੇ ਨੇ, ਸਾਰੇ ਦੀਵਾਨ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਜੀ ਦੀ ਸ਼ਹਾਦਤ ਅਤੇ ਉਹਨਾਂ ਮਹਾਨ ਗੁਰਸਿੱਖ ਪਿਆਰਿਆਂ ਦੀ ਸ਼ਹਾਦਤ ਨੂੰ ਸਮਰਪਿਤ ਨੇ, ਜਿਨ੍ਹਾਂ ਨੇ ਸਮੁੱਚੀ ਦੁਨੀਆ ਦੇ ਸਾਹਮਣੇ ਅਤੇ ਖਾਸ ਕਰਕੇ ਸਾਊਥ ਏਸ਼ੀਅਨ ਖਿੱਤੇ ਦੀ ਪੂਰੀ ਤਕਦੀਰ ਅਤੇ ਤਾਮੀਰ ਬਦਲ ਦਿੱਤੀ। ਸੋ ਉਹਨਾਂ ਨੂੰ ਹੀ ਅਸੀਂ ਉਸ ਇਤਿਹਾਸ ਦੇ ਕੁਛ ਰੰਗਾਂ ਨੂੰ ਆਪਣੀ ਸੁਰਤ ਜਮਾਵਾਂਗੇ, ਤਾਂ ਕਿ ਸਾਡੀਆਂ ਜੜ੍ਹਾਂ, ਸਾਡੀ ਜੋ ਇੰਗੇਜਮੈਂਟ ਆ ਆਪਣੇ ਗੁਰੂ ਨਾਲ, ਆਪਣੀ ਵਿਰਾਸਤ ਨਾਲ, ਹੋਰ ਡਾਢੀ ਹੋ ਸਕੇ। ਜਿਤਨੇ ਕੁ ਜੀ ਹਾਜ਼ਰੀਨ ਹੋ, ਜੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਇੱਕ ਵਾਰ ਯਕ ਆਵਾਜ਼ ਹੁੰਦਿਆਂ ਫਤਿਹ ਦਾ ਆਵਾਜ਼ਾ ਦੇਣਾ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਬਾਬਾ ਜੀ ਨੇ ਜੋ ਇਹ ਹਿਊਮਨ ਲਾਈਫ ਆ, ਇਹਦੀ ਵੈਲਿਊ, ਇਹਦੀ ਇੰਪੋਰਟੈਂਸ ਬਾਣੀ ਵਿੱਚ ਵਾਰ ਵਾਰ ਦੁਹਰਾ ਦੁਹਰਾ ਕੇ ਦੱਸੀ ਹੈ। ਲੋਕ ਧਰਮ ਦੀ ਗੱਲ ਕਰਦੇ, ਬਾਬਾ ਜੀ ਧਰਮ ਅਤੇ ਇਸ ਜੀਵਨ ਦੀ ਇਕੱਠੀ ਗੱਲ ਕਰਦੇ। ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ, ਇਹ ਸਰੀਰ ਸਭ ਧਰਮ ਹੈ। ਇਹ ਜੋ ਤੁਸੀਂ ਧਰਮ ਸਮਝਣਾ ਤਾਂ ਸਰੀਰ ਤੋਂ ਹੀ ਸਮਝ ਆਉਣਾ। ਬਾਬਾ ਜੀ ਨੇ ਬਾਣੀ 'ਚ ਹਿਦਾਇਤ ਕੀਤੀ, ਨਾਨਕ ਸੋ ਪ੍ਰਭ ਸਿਮਰੀ ਹੈ ਤਿਸ ਦੇਹੀ ਕੋ ਪਾਲ। ਸਪੋਜ਼ ਕੋਈ ਬੰਦਾ ਕਹਿੰਦਾ ਹੈ ਮੈਂ ਫਲਾਂ ਧਰਮ ਨੂੰ ਮੰਨਣ ਵਾਲਾ ਬਣਨਾ, ਮੈਂ ਕ੍ਰਿਸ਼ਨ ਬਣਨਾ, ਮੈਂ ਯਹੂਦੀ ਬਣਨਾ, ਮੈਂ ਮੋਮਨ ਬਣਨਾ, ਮੈਂ ਕੋਈ ਸਨਾਤਨੀ ਬਣਨਾ, ਜਾਂ ਈਵਨ ਮੈਂ ਸਿੱਖੀ ਦੀ ਐਕਸਰਸਾਈਜ਼ ਕਰਨੀ ਹੈ, ਜਾਂ ਮਾਡਰਨ ਪਰਸਪੈਕਟਿਵ ਵਿੱਚ ਗੱਲ ਕਹਿ ਦਿੱਤੀ ਜਾਏ, ਨੋ ਆਈ ਵਾਂਟ ਟੂ ਬੀ ਐਥੀਐਸਟ, ਆਈ ਡੋਂਟ ਵਾਂਟ ਟੂ ਬੀ ਐਨੀ, ਆਈ ਡੋਂਟ ਵਾਂਟ ਟੂ ਐਸੋਸੀਏਟ ਵਿਦ ਐਨੀ ਸੋਰਟ ਆਫ ਐਕਚੁਅਲ ਰਿਲੀਜੀਅਸ ਬਿਲੀਵ, ਇਟਸ ਓਕੇ। ਬਟ ਇਫ ਯੂ ਵਾਂਟ ਟੂ ਐਕਸਰਸਾਈਜ਼ ਐਨੀਥਿੰਗ ਇਨ ਯੋਰ ਲਾਈਫ, ਯੂ ਨੀਡ ਵਨ ਥਿੰਗ, ਦੈਟ ਇਜ਼ ਕਾਲਡ ਲਾਈਫ ਇਟਸੈਲਫ। ਜ਼ਿੰਦਗੀ ਹੋਏਗੀ ਤਾਂ ਕੋਈ ਐਕਸਰਸਾਈਜ਼ ਕਰੇਗਾ ਨਾ, ਪ੍ਰੈਕਟਿਸ ਕਰੇਗਾ। ਜੇ ਜੀਵਨ ਹੀ ਨਹੀਂ ਹੋਏਗਾ, ਅਕਲ ਬੂਤ ਹੀ ਨਹੀਂ ਹੋਏਗਾ, ਸਰੀਰ ਹੀ ਨਹੀਂ ਹੋਏਗਾ, ਇਹਦੀ ਇਹੀ ਫੰਕਸ਼ਨ ਨਹੀਂ ਕਰੇਗਾ, ਕੀ ਕਰੇਗਾ, ਕੀ ਹੋਏਗਾ। ਸੋ ਬਾਬਾ ਜੀ ਨੇ ਇਹ ਕਿਹਾ, ਇਸ ਸਰੀਰ ਨੂੰ ਪਾਲੋ, ਸੰਭਾਲੋ, ਇਹਦੀ ਕੇਅਰ ਕਰੋ, ਵਾਰ ਵਾਰ ਬਾਣੀ ਚਾਹੁੰਦਾ।
ਫਿਰ ਇਹ ਵੀ ਕਿਹਾ ਇਹ ਸਰੀਰ ਇਹ ਜੀਵਨ ਐਵੇਂ ਨਹੀਂ ਮਿਲਿਆ ਤੈਨੂੰ। ਬਾਬਾ ਜੀ ਬਿਆਨ ਕਰਦੇ ਭਈ ਪ੍ਰਾਪਤ ਮਾਨੁੱਖ ਦਿਹੁਰੀ ਆ, ਤੈਨੂੰ ਇਹ ਪ੍ਰਾਪਤ ਹੋਈ ਹੈ ਤੇ ਕਿਸੇ ਨੇ ਤਰਸ ਕਰਕੇ ਦਿੱਤੀ ਹੈ ਤੈਨੂੰ। ਅਸੀਂ ਬਚਨ ਪੜ੍ਹਦੇ ਹਾਂ ਵੀ ਉਹ ਵਾਹਿਗੁਰੂ ਦਾ ਭਾਣਾ ਹੋਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਉਹਦੇ ਭਾਣੇ ਉਹਦੇ ਹੁਕਮ ਦੇ 'ਚ ਚੀਜ਼ ਵਰਸਾਈ ਗਈ। ਅਸੀਂ ਗੁਰੂ ਮਹਾਰਾਜ ਦੇ ਸ਼ਬਦਾਂ 'ਚ ਪੜ੍ਹਦੇ ਹਾਂ ਕਈ ਜਨਮ ਗਰਭ ਹਿਰ ਖਿਰਿਆ, ਪਤਾ ਨਹੀਂ ਕਿਤਨੇ ਜੀਵਨ ਜੀਵਨ ਬਣਨ ਤੋਂ ਪਹਿਲਾਂ ਹੀ ਖਿਰ ਜਾਂਦੇ ਨੇ। ਜਿਸ ਜੀਵਨ ਨੂੰ ਧਰਤੀ 'ਤੇ ਸਾਹ ਆਉਂਦਾ, ਧਰਤੀ 'ਤੇ ਪਨਪਦਾ ਰੁਮਕਦਾ, ਉਹ ਤਾਂ ਬੜਾ ਬਖਸ਼ਿਆ ਹੋਇਆ ਨਵਾਜਿਆ ਹੋਇਆ ਇਸ ਰੂਪ ਦੇ ਵਿੱਚ ਆ। ਮਹਾਰਾਜ ਇਸ ਜੀਵਨ ਨੂੰ ਸਾਂਭਣ ਸੰਭਾਲਣ ਚਲਾਉਣ ਵਾਸਤੇ ਸਾਨੂੰ ਜਾਚਾਂ ਸਿਖਾਉਂਦੇ ਜਾਮਾ ਬਾ ਜਾਮਾ। ਕਿਤੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਵਸਾ ਰਹੇ ਨੇ, ਕਿਰਤੀਆਂ ਨੂੰ ਆਵਾਜ਼ਾਂ ਦੇ ਰਹੇ ਨੇ ਭਾਈ ਆਓ, ਜਿਹਨੇ ਕਿਰਤ ਕਰਨੀ ਇੱਥੇ ਆਓ। ਕਰਤਾਰ ਦੀ ਪੁਰੀ ਕਿਰਤ ਦਾ ਸੁਨੇਹਾ ਦਿੰਦੀ ਹੈ, ਧਰਤੀ ਦੇ ਉੱਤੇ ਬੰਦਾ ਜੀਵਨ ਮਾਣੇ ਅਹਿਸਾਸੇ, ਇੱਥੇ ਜੀਵਨ ਦੀ ਰੁਮਕ ਨੂੰ ਅਹਿਸਾਸੇ ਉਸ ਰੂਪ ਦੇ ਵਿੱਚ। ਬਾਬਾ ਜੀ ਨੇ ਧਰਤੀ ਦੀ ਪ੍ਰੋਸਪਰ ਪਿਕਚਰ 'ਚ ਬੰਦੇ ਦੀ ਹਿੱਸੇਦਾਰੀ ਵਧਾਈ, ਆਮ ਬੰਦੇ ਦੀ, ਆਮ ਮਨੁੱਖ ਦੀ। ਉਹਨੂੰ ਕਿਹਾ ਤੇਰੇ ਕੋਲ ਖਾਣ ਪਾਣ ਰਹਿਣ ਸਹਿਣ ਸਭ ਕੁਛ ਮੁਯੱਸਰ ਹੋਣਾ ਚਾਹੀਦਾ, ਮੌਜੂਦ ਹੋਣਾ ਚਾਹੀਦਾ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੇ ਜਿਹਨਾਂ ਨੂੰ ਅਸੀਂ ਪੜ੍ਹਦੇ ਹਾਂ ਅਤੇ ਸੁਰਤ ਜਿਹੜੀ ਆ ਸਰਸ਼ਾਰ ਹੋ ਜਾਂਦੀ। ਜਦੋਂ ਬਾਬਾ ਜੀ ਕਹਿੰਦੇ ਤੈਨੂੰ ਮੁਕਤੀ ਦਾ ਆ ਰਾਹ ਦੇਣਾ ਆ ਮੈਂ, ਕਿਹੜਾ ਮਹਾਰਾਜ? ਮਹਾਰਾਜ ਦੇ ਬਚਨ ਨੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦੇ ਆ ਖੇਲਦੇ ਆ ਪਹਿਨਦੇ ਆ ਖਾਵੰਦੇ ਆ ਵਿੱਚੇ ਹੋਵੇ ਮੁਕਤ। ਮੁਕਤੀ ਤੈਨੂੰ ਕਿਸੇ ਪਹਾੜੀ 'ਤੇ ਤਪ ਕਰਨ ਵਾਸਤੇ ਲਾ ਕੇ ਫਿਰ ਨਹੀਂ ਦੇਣੀ। ਤੈਨੂੰ ਇਹ ਨਹੀਂ ਕਹਿਣਾ ਫਸਟ ਯੂ ਹੈਵ ਟੂ ਰਿਨਾਊਂਸ ਦਿਸ ਵਰਲਡ ਦੈਨ ਯੂ ਕੈਨ ਕਲੇਮ ਸੈਲਵੇਸ਼ਨ। ਨੋ, ਆਈ ਵਿਲ ਗਿਵ ਯੂ ਸੈਲਵੇਸ਼ਨ ਐਜ਼ ਏ ਗਿਫਟ। ਲਿਵ ਯੂਰ ਲਾਈਫ ਇਨ ਦਿਸ ਵਰਲਡ ਐਜ਼ ਯੂ ਵਾਂਟ, ਐਜ਼ ਯੂ ਵਿਸ਼, ਐਜ਼ ਯੂ ਐਕਚੁਲੀ ਰੀਅਲੀ ਯੂ ਹੈਵ ਜਸ ਸਮ ਸੋਰਟ ਆਫ, ਜਿਵੇਂ ਦਾ ਤੈਨੂੰ ਚਾਹੀਦਾ, ਐਪਰੋਪ੍ਰੀਏਟਨੈਸ ਹੋਏ ਉਹਦੇ ਵਿੱਚ, ਉਸ ਰੂਪ ਦੇ ਵਿੱਚ। ਇਸ ਕਿਸਮ ਨਾਲ ਬਾਬਾ ਜੀ ਨੇ ਸਾਨੂੰ ਸਜਾਇਆ। ਪਰ ਹਾਂ, ਇਹ ਦੱਸਿਆ ਮਨੁੱਖ ਹੈ, ਪਸ਼ੂ ਥੋੜ੍ਹਾ ਆ, ਜਾਨਵਰ ਥੋੜ੍ਹਾ ਆ, ਇਕੱਲਾ ਪੇਟ ਹੀ ਥੋੜ੍ਹਾ ਲੱਗਾ ਤੈਨੂੰ, ਇਹ ਥੋੜ੍ਹਾ ਆ ਤੇਰੀ ਕੋਈ ਫਿਜ਼ੀਕਲ ਨੀਡ ਹੀ ਹੈ ਸਾਰੀ, ਵੀ ਅਨਾਜ ਖਾ ਲਿਆ, ਕੱਪੜਾ ਪਾ ਲਿਆ ਅਤੇ ਤੁਰਿਆ ਫਿਰਿਆ। ਹਾਂ, ਤੇਰੀ ਕੋਈ ਸੈਲਫ ਰਿਸਪੈਕਟ ਵੀ ਹੈ, ਤੇਰੀ ਕੋਈ ਆਪਣੀ ਇੱਜ਼ਤ ਵੀ ਹੈ, ਤੇਰੀ ਕੋਈ ਆਪਣੀ ਸਾਹਿਬੀ ਵੀ ਹੈ, ਤੇਰੀ ਕੋਈ ਅਣਖ ਗੈਰਤ, ਇਹ ਵੀ ਕੋਈ ਚੀਜ਼ ਹੈ ਤੇਰੇ ਅੰਦਰ, ਤੈਨੂੰ ਇਹਦੇ 'ਤੇ ਵੀ ਪਹਿਰਾ ਦੇਣਾ ਚਾਹੀਦਾ। ਇਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਜਦੋਂ ਅਸੀਂ ਪੜ੍ਹਦੇ ਹਾਂ, ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਚ ਖਾਏ। ਬਾਬਾ ਜੀ ਕਹਿੰਦੇ ਕਿਸੇ ਨੂੰ ਸੋਨੇ ਦੀ ਥਾਲੀ ਦੇ ਵਿੱਚ ਵੀ ਪਾ ਕੇ ਦਿਓ ਖਾਣ ਵਾਸਤੇ, ਚਾਂਦੀ ਦੇ ਚਿਮਚਿਆਂ ਨਾਲ ਖਾਵੇ ਉਹ, ਪਰ ਜਦੋਂ ਖਾ ਰਿਹਾ ਹੋਏ ਉਹਦੀ ਸਿਰ ਦੀ ਪੱਗ ਲਾ ਲਓ, ਪੱਗ ਸਲਾਮਤ ਨਾ ਹੋਏ, ਉਹਦੀ ਇੱਜ਼ਤ ਬੇਪਤੀ ਹੋਏ, ਇਹ ਕੋਈ ਖਾਣਾ ਥੋੜ੍ਹਾ ਹੈ। ਇਹਦੇ ਨਾਲੋਂ ਤਾਂ ਹੈ ਜਿਹੜਾ ਆਹ ਦਿਨ ਹੈ ਨਾ ਅੱਜ ਦਾ, ਅੱਜ ਉਹ ਦਿਨ ਹੈ ਜਿੱਦਣ ਸਾਡੀ ਸਰਕਾਰ ਮਾਛੀਵਾੜੇ ਸੀ। ਦੇਖੋ ਕਿੱਡਾ ਵੱਡਾ ਦ੍ਰਿਸ਼ ਆ, ਐਡੀ ਵੱਡੀ ਜੰਗਲ ਦੀ ਉਸ ਬੀੜ ਦੇ ਵਿੱਚ ਗੁਰੂ ਇਕੱਲਾ ਹੀ ਧਰਤੀ ਨੂੰ ਨਿਵਾਜ ਰਿਹਾ, ਸੁੱਤਾ ਆਇਆ, ਉਹ ਵੀ ਖੂਹ ਦੀ ਟਿੰਡ ਦਾ ਸਹਾਰਾ ਲੈ ਕੇ। ਮਤਲਬ ਬੇਪਰਵਾਹੀ ਸਿੱਖੇ ਤੇ ਕੋਈ ਐਸੇ ਸਤਿਗੁਰੂ ਤੋਂ ਸਿੱਖੇ। ਹਾਲਤ ਇਹ ਹੈ ਆਈਦਰ ਅਸੀਂ ਧਰਤੀ 'ਤੇ ਕੁਝ ਬਣਾ ਨਹੀਂ ਸਕਦੇ ਤਾਂ ਵਿਲਕਦੇ ਰਹਿੰਦੇ ਹਾਂ, ਰੋਂਦੇ ਰਹਿੰਦੇ ਹਾਂ ਵੀ ਉਹ ਆਹ ਨਹੀਂ ਬਣਿਆ, ਆਹ ਨਹੀਂ ਬਣਿਆ, ਆਹ ਨਹੀਂ ਬਣਿਆ। ਜੇ ਕਿਤੇ ਕੁਝ ਬਣ ਜਾਏ ਤਾਂ ਫਿਰ ਡਰੇ ਲੱਗਾ ਰਹਿੰਦਾ ਕਿਤੇ ਢਹਿ ਨਾ ਜਾਏ, ਢਹਿ ਨਾ ਜਾਏ, ਢਹਿ ਨਾ ਜਾਏ। ਇੱਥੇ ਦੇਖੋ ਕੈਸਾ ਇਹ, ਇਹਨੂੰ ਐਵੇਂ ਨਹੀਂ ਲਿਖਿਆ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਉਹ ਬਾਦਸ਼ਾਹ ਵੀ ਹੈ ਤੇ ਕਮਾਲ ਦਾ ਬਾਦਸ਼ਾਹ ਆ, ਉਹ ਦਰਵੇਸ਼ ਵੀ ਹੈ ਤੇ ਕਮਾਲ ਦਾ ਦਰਵੇਸ਼ ਹੈ, ਦੋਨਾਂ ਰੂਪਾਂ 'ਚ ਐਕਸਟ੍ਰੀਮ। ਜਿੱਦਣ ਬਾਦਸ਼ਾਹ ਬਣਿਆ ਕਵੀਆਂ ਨੂੰ ਬੁਲਾਉਂਦਾ, ਕਵੀ ਦਰਬਾਰ ਲਾਉਂਦਾ, ਵੱਡੇ ਵੱਡੇ ਕਵੀ ਆਉਂਦੇ ਤੇ ਕਵੀ ਕਵਿਤਾ ਦੇ ਟੁਕੜੇ ਪੇਸ਼ ਕਰਦੇ, ਕੋਈ ਕਾਵਿ ਰੂਪ ਬਿਆਨ ਕਰਦੇ ਤੇ ਮਹਾਰਾਜ ਉਹਨਾਂ ਨੂੰ ਮੂੰਹ ਮੰਗੀਆਂ ਮੁਰਾਦਾਂ ਦਿੰਦੇ, ਜੋ ਮੂੰਹ ਕਹਿੰਦੇ ਉਹ ਪੂਰਾ ਕਰ ਦਿੰਦੇ ਉਸ ਰੂਪ ਦੇ ਵਿੱਚ। ਇੱਕ ਛੋਟਾ ਜਿਹਾ ਰੰਗ ਨਾਲ ਐਡ ਕਰ ਦੇਣਾ, ਫਿਰ ਇਤਿਹਾਸ ਦੀ ਬਾਤ ਕਰਦਾ ਹਾਂ। ਪੰਮਾ ਪੁਰੋਹਿਤ ਅਜਮੇਰ, ਰਾਜਾ ਅਜਮੇਰ ਚੰਦ ਦਾ ਪੁਰੋਹਿਤ ਸੀਗਾ, ਅਤੇ ਇਸ ਨੂੰ ਨਾ ਉਹਨੇ ਭੇਜਿਆ, ਕਹਿਣ ਲੱਗਾ ਹੱਦ ਹੋ ਗਈ, ਅਸੀਂ ਖਾਨਦਾਨੀ ਰਾਣੇ ਹਾਂ, ਰਾਜੇ ਹਾਂ, ਅਤੇ ਸਾਡੀ ਤਾਂ ਬੜੀ ਸ਼ੋਭਾ ਸ਼ਾਨੋ ਸ਼ੌਕਤ ਆ, ਪਰ ਗਜਬ ਇਹ ਆ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਮਾਖੋਵਾਲ ਦੀ ਸਰਜ਼ਮੀਨ 'ਤੇ ਕਿਲ੍ਹੇ ਉਸਾਰ ਕੇ ਬੈਠੇ ਨੇ ਅਨੰਦਪੁਰ ਸਾਹਿਬ ਦੇ ਵਿੱਚ, ਅਤੇ ਇਹਨਾਂ ਦੀ ਬੜੀ ਬੜੀ ਚਰਚਾ ਆ, ਲੋਕ ਬੜੀ ਉਸਤਤ ਕਰਦੇ ਨੇ, ਕਹਿੰਦੇ ਨੇ ਵੀ ਐਸਾ ਸ਼ਾਹੀ ਠਾਠ ਬਾਠ, ਐਸੀ ਗੁਰੂ ਦੀ ਝਾਲ ਜਿਹੜੀ ਝੱਲੀ ਨਹੀਂ ਜਾ ਸਕਦੀ। ਇਹਨੂੰ ਕਿਹਾ ਜਾ ਕੇ ਦੇਖ ਕੇ ਤਾਂ ਆ ਵੀ ਵਾਕਿਆ 'ਚ ਕੁਝ ਇਹੋ ਜਿਹੀ ਬਾਤ ਹੈ ਕਿ ਐਵੇਂ ਲੋਕ ਚਰਚਾ ਹੀ ਕਰਦੇ ਨੇ। ਇਹ ਆਇਆ, ਜਿੱਦਣ ਆਇਆ ਤਾਂ ਆਖ ਕੇ ਹੈਰਾਨਕੁਨ ਰਹਿ ਗਿਆ, ਹੈਰਾਨਕੁਨ ਕਿਸ ਤਰ੍ਹਾਂ, ਦੁਨੀਆਂ ਦਾ ਸਭ ਤੋਂ ਵੱਡਾ ਆਲਮ ਫਾਜ਼ਲ ਉਸ ਵਕਤ ਦੇ ਵਿੱਚ, ਜਿਹੜਾ ਬ੍ਰਿਜ, ਫਾਰਸੀ, ਗੁਰਮੁਖੀ ਹਰ ਤਰ੍ਹਾਂ ਦੀ ਜ਼ਬਾਨ ਦੇ ਵਿੱਚ, ਮਤਲਬ ਕਲਮ ਫੜ ਕੇ ਅੱਖਰ ਉਕੇਰਨ ਲੱਗਦਾ ਹੈ ਅਤੇ ਅੱਖਰ ਤਰਲੇ ਲੈਂਦੇ ਨੇ, ਮੈਨੂੰ ਇਸਤੇਮਾਲ ਕਰ, ਮੈਨੂੰ ਇਸਤੇਮਾਲ ਕਰ, ਉਹ ਕੋਈ ਹੋਰ ਨਹੀਂ, ਭਾਈ ਸਾਹਿਬ ਭਾਈ ਨੰਦ ਲਾਲ ਜੀ ਹੈ। ਐਸੀ ਸ਼ਖਸੀਅਤ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਬੜੇ ਆਲਮੀ ਢੰਗ ਨਾਲ ਕੁਝ ਸ਼ੇਰ ਉਕੇਰਦਾ ਹੈ, ਅਤੇ ਸ਼ੇਰ ਉਕੇਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਜ਼ਰ ਦੀ ਉਡੀਕ ਕਰਦਾ ਅਤੇ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਕਹਿੰਦਾ, ਪਾਤਸ਼ਾਹ ਸਮਝਦਾ ਆ ਤੁਸੀਂ ਬੜੇ ਮਸ਼ਰੂਫ ਹੋ, ਪਰ ਇਸ ਅਦਨੇ ਜੇ ਮਨੁੱਖ 'ਤੇ ਇੱਕ ਛੋਟੀ ਜਿਹੀ ਨਜ਼ਰ ਪਾਇਆ ਜੇ, ਜਦੋਂ ਕਿਤੇ ਮਸ਼ਰੂਫੀਅਤ ਵਿੱਚੋਂ ਥੋੜ੍ਹਾ ਜਿਹਾ ਸਮਾਂ ਨਿਕਲੇ ਨਾ, ਤਾਂ ਪਾਤਸ਼ਾਹ ਆਹ ਦੋ ਮੇਰੇ ਬਚਨ ਜ਼ਰੂਰ ਸੁਣਿਆ ਜੇ, ਮੇਰੇ ਸੁਖਨ ਮੈਂ ਤੁਹਾਨੂੰ ਸੁਣਾਉਣ ਵਾਸਤੇ ਲਿਖੇ ਨੇ। ਕਹਿੰਦਾ, ਐਸੀ ਵੀ ਕੋਈ ਹਸਤੀ ਹੋ ਸਕਦੀ? ਲੋਕ ਦਾਨਿਸ਼ਮੰਦਾਂ ਨੂੰ, ਕਵੀਆਂ ਨੂੰ, ਵੱਡੇ ਵੱਡੇ ਆਲਮ ਫਾਜ਼ਲਾਂ ਨੂੰ ਸੁਣਨ ਵਾਸਤੇ ਤਰਸਦੇ ਤੇ ਤੜਪਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੇ ਵਿੱਚ ਇਹੋ ਜਿਹੇ ਆਲਮ ਫਾਜ਼ਲ ਚਰਨਾਂ ਦੇ ਭੌਣੇ ਭੌਰੇ ਬਣ ਕੇ ਬੈਠੇ। ਕਹਿੰਦੇ ਜੀ ਅਗਲਾ ਪੜਾਅ ਵੇਖਦਾ ਵਾਂ। ਕੋਈ ਕਹਿੰਦਾ ਬੜਾ ਕੋਈ ਅਮੀਰ ਹੋ ਜਾਏ ਨਾ, ਤੇ ਉਹ ਕਹਿੰਦਾ ਵੀ ਚਲੋ ਕੋਈ ਨਾ ਅਮੀਰ ਹੋ ਗਿਆ, ਹੁਣ ਨਾ ਮੇਰੇ ਜਿਹੜੀ ਸ਼ਰਟ ਆ ਇਹਨੂੰ ਸੋਨੇ ਦੇ ਬਟਨ ਲਾ ਦਿਓ, ਹੋਰ ਅਮੀਰੀ ਆ ਜਾਏ ਥੋੜ੍ਹੀ ਜਿਹੀ। ਕਹਿੰਦਾ ਨਹੀਂ ਨਹੀਂ, ਥੋੜ੍ਹੇ ਹੱਥਾਂ ਪੈਰਾਂ 'ਤੇ ਵੀ ਕੋਈ ਕੜੇ ਦੋ ਪਾ ਲਏ। ਕਹਿੰਦਾ ਕੈਂਠਾ ਪਾ ਲੈਂਦਾ ਕੋਈ। ਕਹਿੰਦਾ ਵੀ ਗਜਬ ਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੱਥਾ ਦੇਖਿਆ ਅਤੇ ਪੱਥੇ ਦੇ 'ਚ ਤੀਰ ਪਏ ਦੇਖੇ ਨੇ, ਅਤੇ ਤੀਰਾਂ ਵਰਗੇ ਤੀਰ, ਹਰ ਤੀਰ ਦੇ ਅੱਗੇ ਸੋਨਾ ਲੱਗਾ, ਜਿਹੜਾ ਤੀਰਾਂ ਨੂੰ ਵੀ ਸੋਨਾ ਲਾ ਕੇ ਬੈਠਾ, ਕੈਸੀ ਹਸਤੀ ਹੋਏਗੀ? ਫਿਰ ਕਹਿੰਦਾ ਇੱਥੇ ਹੀ ਬਸ ਨਹੀਂ, ਜੇ ਦੇਖਦਾ ਤਾਂ ਲੋਕਾਂ ਨੇ ਮਤਲਬ ਕਿਸੇ ਬਾਦਸ਼ਾਹੀ ਸ਼ਾਨੋ ਸ਼ੌਕਤ ਨੂੰ ਪ੍ਰਜੈਂਟ ਕਰਨ ਵਾਸਤੇ ਕੋਈ ਫੋਰਸਫੁਲੀ ਦੋ ਚਾਰ ਬੰਦੇ ਰੱਖੇ ਹੁੰਦੇ ਨੇ, ਜਿਹੜੇ ਬੜੀ ਮਤਲਬ ਅੰਦਰੋਂ ਚਾਹ ਬਣਾ ਕੇ, ਬੜੀ ਇੱਛਾ ਜਾਂ ਇਜ਼ਹਾਰ ਕਰਕੇ, ਅਤੇ ਉਸਨੂੰ ਕੋਈ ਚੌਰ ਝੁਲਦਾ ਆ, ਕੋਈ ਪੱਖਾ ਝੁਲਦਾ ਆ, ਨਹੀਂ ਤਾਂ ਰਾਜਿਆਂ ਦੇ ਮਤਲਬ ਦਰਬਾਰਾਂ ਦੇ ਚੋਬਦਾਰ ਦੇਖੇ ਨੇ, ਵਿਚਾਰੇ ਫੋਰਸਫੁਲੀ ਖਿਲਾਰੇ ਹੁੰਦੇ ਨੇ, ਮੌਕਾ ਬਣੇ ਤਾਂ ਉਹ ਕਹਿਣ ਵੀ ਇਹਦੀ ਚੌਬਦਾਰੀ ਕਰਨ ਵਾਲੇ ਤਾਂ ਕਿਤੇ ਹੋਰ ਮਜ਼ਦੂਰੀ ਨਾ ਕਰ ਲਈਏ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੈਂ ਉੱਥੇ ਚੋਬਦਾਰ ਦੇਖ ਕੇ ਆਇਆ, ਬੰਦੇ ਤੇ ਬੰਦੇ, ਇੱਕ ਜਿਹੜਾ ਪ੍ਰਸਾਦੀ ਹਾਥੀ ਹੈ
ਐਡਾ ਸ਼ਾਨਦਾਰ ਜਿਹਦਾ ਬਹੁਤਾ ਰੰਗ ਜਿਹੜਾ ਹੈਗਾ ਚਿੱਟਾ ਹੈ ਅਤੇ ਥੋੜ੍ਹਾ ਜਿਹਾ ਉਹ 'ਚ ਕਾਲੀ ਦਾ ਲਾਲੀਮਾ ਹੈ, ਉਹ ਸੁੰਡ ਦੇ ਵਿੱਚ ਫੜ ਕੇ ਨਾ ਚੌਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੀਸ 'ਤੇ ਕਰਦਾ ਇਸ ਰੂਪ ਦੇ 'ਚ। ਉਹ ਆ ਕੇ ਕਹਿੰਦਾ ਅਜਮੇਰ ਚੰਦ, ਗੱਲ ਇਹ ਹੈ ਵੀ ਤੇਰਾ ਬਾਪ ਰਾਜਾ ਸੀ? ਕਹਿੰਦਾ ਹਾਂ ਬਿਲਕੁਲ ਰਾਜਾ ਸੀ। ਅੱਛਾ ਤੇਰੇ ਬਾਪ ਦਾ ਬਾਪ? ਕਹਿੰਦਾ ਉਹ ਵੀ ਰਾਜਾ ਸੀ। ਕਹਿੰਦਾ ਉਸ ਤੋਂ ਪਿੱਛੇ? ਕਹਿੰਦਾ ਉਹ ਵੀ ਰਾਜਾ ਸੀ। ਕਹਿੰਦਾ ਬਸ ਠੀਕ ਆ, ਇੰਨੇ ਰਾਜਿਆਂ ਤੋਂ ਆ ਕੇ ਤੂੰ ਰਾਜਾ ਬਣਿਆ? ਕਹਿੰਦਾ ਹਾਂ ਮੈਂ ਰਾਜਾ ਬਣਿਆ। ਅਤੇ ਉਹਦੇ ਨਾਲ ਤੇਰੀ ਸ਼ਾਨੋ ਸ਼ੌਕਤ ਆ? ਕਹਿੰਦਾ ਹਾਂ। ਕਹਿੰਦਾ ਅਜਮੇਰ ਚੰਦ, ਗੱਲ ਇਹ ਹੈ ਵੀ ਤੂੰ 10 ਵਾਰੀ ਹੋਰ ਜੰਮੇ, 10 ਵਾਰੀ ਹੋਰ ਮਰੇ ਅਤੇ 10ਵਾਰੀ ਜੰਮ ਕੇ ਰਾਜਾ ਬਣੇ, ਫਿਰ ਵੀ ਮੈਨੂੰ ਨਹੀਂ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਾਨੋ ਸ਼ੌਕਤ ਦੇ ਸਾਹਮਣੇ ਤੂੰ ਇੱਕ ਪਲ ਵੀ, 1% ਵੀ ਜਿਹਨੂੰ ਕਹਿੰਦੇ ਆ, ਉਹ ਖੜ ਸਕਦਾ ਜਾ ਕੇ? ਇਹ ਬਾਦਸ਼ਾਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹਸਤੀ। ਇੱਕ ਰੰਗ ਹੋਰ ਬਿਆਨ ਕਰ ਦੇਣਾ, ਫਿਰ ਦਰਵੇਸ਼ ਦੀ ਗੱਲ ਕਰਾਂਗਾ। ਕਵੀ ਦਰਬਾਰ ਹੋਇਆ, ਕਵੀ ਦਰਬਾਰ 'ਚ ਵੱਖਰੇ ਵੱਖਰੇ ਕਵੀ ਆ ਕੇ ਕਵਿਤਾਵਾਂ ਪੇਸ਼ ਕਰ ਰਹੇ ਨੇ। ਇੱਕ ਕਵੀ ਆਇਆ ਸਟੇਜ 'ਤੇ ਚੜ੍ਹਿਆ, ਅਤੇ ਸਟੇਜ 'ਤੇ ਚੜ੍ਹਦਿਆਂ ਨਾਲ ਜਿਵੇਂ ਭਲਵਾਨ ਨਹੀਂ ਕਰਦੇ, ਪੱਟਾਂ 'ਤੇ ਥਾਪੀਆਂ ਮਾਰ ਰਿਹਾ, ਡੰਡ ਬੈਠਕਾਂ ਕੱਢ ਰਿਹਾ, ਕਦੀ ਸੱਜੇ ਨੂੰ ਭੱਜਦਾ, ਕਦੀ ਖੱਬੇ ਨੂੰ ਭੱਜਦਾ, ਕਦੀ ਡੌਲਿਆਂ 'ਤੇ ਹੱਥ ਮਾਰਦਾ, ਅਤੇ ਫਿਰ ਸਟੇਜ ਦੇ ਉੱਤੇ ਇੱਕ ਪਾਸੇ ਨੂੰ ਖਾਲੀ ਥਾਂ ਵਾਲੇ ਪਾਸੇ ਹੱਥ ਕਰਕੇ ਲਲਕਾਰੇ ਮਾਰ ਕੇ ਕਹਿੰਦਾ ਹੁਣ ਆ ਮੈਦਾਨ ਦੇ ਵਿੱਚ, ਹੁਣ ਪਤਾ ਲੱਗੇਗਾ। ਜਦੋਂ ਇਹੋ ਜਿਹੀ ਬਾਤ ਹੋਈ, ਵੱਡੀ ਜਿਹੜੀ ਸਰੋਤ ਕਰਨ ਵਾਸਤੇ ਸੰਗਤ ਬੈਠੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਉਹ ਮੁਸਕਰਾ ਉੱਠਦੀ। ਕਵੀ ਦਰਬਾਰ ਦਾ ਸੰਚਾਲਨ ਕਰਨ ਵਾਲਾ ਕਵੀ ਚੰਨਣ ਸਿੰਘ, ਉਹ ਆਵਾਜ਼ ਦੇ ਕੇ ਕਹਿੰਦਾ ਕਵੀ ਜੀ, ਕੋਈ ਐਸੀ ਗੱਲ ਨਹੀਂ ਹੈ, ਜੇ ਕਵਿਤਾ ਨਹੀਂ ਵੀ ਔੜਦੀ ਤਾਂ ਕੋਈ ਗੱਲ ਨਹੀਂ, ਤੁਸੀਂ ਥੱਲੇ ਆ ਜਾਓ, ਗੁਰੂ ਦੇ ਘਰ ਕਿਹੜਾ ਕਮੀ ਹੈ, ਇੱਥੇ ਸ਼ਾਮ ਨੂੰ ਅਖਾੜੇ ਵੀ ਲੱਗਣੇ ਨੇ, ਤੁਸੀਂ ਅਖਾੜੇ 'ਚ ਆ ਜਾਓ। ਅਖਾੜੇ ਵਾਲਾ ਕੰਮ ਕਵੀ ਦਰਬਾਰ 'ਤੇ ਕਿਉਂ ਕਰ ਰਹੇ ਹੋ? ਇੱਥੇ ਕਿਹੜਾ, ਤੁਸੀਂ ਜੇ ਅਖਾੜਾ ਲਾਉਣਾ, ਕੋਈ ਕੁਸ਼ਤੀ ਕਰਨੀ, ਕੋਈ ਮਹੱਲਾ ਕੱਢਣਾ, ਅਤੇ ਗੁਰੂ ਮਹਾਰਾਜ ਇੱਥੇ ਤਾਂ ਸ਼ਾਮਾਂ ਨੂੰ ਰੋਜ਼ ਇੱਕ ਮਹਾਰਾਜ ਅਕਸਰ ਸਿੱਖ ਐਕਸਰਸਾਈਜ਼ ਕਰਦੇ, ਇੱਥੇ ਤੁਸੀਂ ਇਹ ਸਭ ਕੁਝ ਸਟੇਜ 'ਤੇ ਨਾ ਕਰੋ, ਇੱਥੇ ਕਵੀਆਂ ਦੀ ਸਟੇਜ ਹੈ। ਅਤੇ ਉਹ ਆਵਾਜ਼ ਦੇ ਕੇ ਕਹਿੰਦੇ ਕਵੀ ਚੰਨਣ ਸਿੰਘ ਜੀ, ਗੱਲ ਇਹ ਹੈ ਵੀ ਅਸਲ 'ਚ ਤੁਹਾਨੂੰ ਨਹੀਂ ਪਤਾ, ਮੈਨੂੰ ਨਾ ਮੇਰੀ ਦਲਿੱਦਰਤਾ ਨੇ ਅਤੇ ਮੇਰੀ ਗੁਰਬਤ ਨੇ ਬੜਾ ਤੰਗ ਕੀਤਾ, ਬੜਾ ਸਤਾਇਆ, ਬੜੇ ਥਪੇੜੇ ਮਾਰੇ ਨੇ, ਬੜੀ ਵਾਰੀ ਢਾਟਾ ਕੇ ਮੇਰੀ ਪਿੱਠ ਲਾਈ ਹੈ, ਅਤੇ ਅੱਜ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਆਇਆ ਵਾਂ, ਮੈਂ ਆਪਣੀ ਗਰੀਬੀ ਨੂੰ, ਗੁਰਬਤ ਨੂੰ, ਦਲਿੱਦਰੀ ਨੂੰ ਆਵਾਜ਼ ਮਾਰ ਕੇ ਕਹਿ ਰਿਹਾ, ਜੇ ਹਿੰਮਤ ਹੈ ਤਾਂ ਹੁਣ ਆ ਮੁਕਾਬਲੇ ਦੇ ਵਿੱਚ, ਹੁਣ ਆ, ਮੈਂ ਆਪਣੇ ਗੁਰੂ ਮਹਾਰਾਜ ਬਾਜਾਂ ਵਾਲੀ ਸਰਕਾਰ ਕੋਲ ਆ ਕੇ ਬੈਠਾ ਹਾਂ, ਗਰੀਬੀ ਅੱਜ ਮੈਨੂੰ ਦੇਖ ਹਰਾ ਕੇ ਅੱਜ ਮੇਰੇ ਗੁਰੂ ਨੇ ਮੈਨੂੰ ਜੇਤੂ ਬਣਾ ਦੇਣਾ ਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੁਸਕਰਾ ਰਹੇ ਨੇ, ਅਤੇ ਮੁਸਕਰਾਉਂਦੇ ਹੋਏ ਕਹਿੰਦੇ ਨੇ ਕਵੀ ਜੀ, ਕਵਿਤਾ ਬਾਅਦ ਇਹ ਸੁਣਾਇਆ ਜੋ ਉਰੇ ਆਓ, ਆਪਣਾ ਦਾਮਨ ਖੋਲੋ। ਉਹ ਕਹਿੰਦਾ ਜੀ ਦਾਮਨ, ਉਹਨੇ ਦਾਮਨ ਖੋਲਿਆ, ਮਹਾਰਾਜ ਨੇ ਮੋਹਰਾਂ ਦੇ ਭਰ ਕੇ ਕਾਸੇ ਮਹਾਰਾਜ ਨੇ ਕਿਹਾ ਪਾਓ ਇਹਦੇ ਵਿੱਚ। ਜਦੋਂ ਕਾਸੇ ਪਏ ਤੇ ਉਹ ਦਾਮਨ ਛੋਟਾ ਰਹਿ ਗਿਆ, ਕਹਿਣ ਲੱਗਾ ਮਹਾਰਾਜ ਦਾਮਨ ਚਾਕ ਹੋ ਜਾਏਗਾ, ਹੋਰ ਨਾ ਪਾਇਓ। ਬਾਬਾ ਜੀ ਕਹਿੰਦੇ ਤੈਨੂੰ ਦਾਮਨ ਹੀ ਨਵਾਂ ਦੇਣੇ। ਮਹਾਰਾਜ ਨੇ ਪੂਰੇ ਦਾ ਪੂਰਾ ਅਮਲਾ ਫੈਲਾ ਤਿਆਰ ਕਰਕੇ ਕਿਹਾ ਵਾਕਿਆ 'ਚ ਇਹਨੂੰ ਘਰ ਜਾ ਕੇ ਭੇਜੋ, ਇਹ ਕੀ ਇਹਦੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਇਹ ਨਾ ਕਹਿਣ ਕਿ ਸਾਨੂੰ ਕਦੀ ਗੁਰਬਤ ਵੇਖਣੀ ਪਈ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨੂੰ ਐਵੇਂ ਨਹੀਂ ਕਿਹਾ, ਜਦੋਂ ਬਚਨ ਪੜ੍ਹਦੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਕਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੋ ਨੂਰ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਇਹ ਗੁਰੂ ਗੋਬਿੰਦ ਸਿੰਘ ਦੀਆਂ ਸ਼ਾਨਾਂ ਨੇ ਅਸਲ ਦੇ ਵਿੱਚ। ਪਰ ਹਾਂ ਇਹ ਵੀ ਹੈ, ਪਕੜ ਰਤਾ ਵੀ ਨਹੀਂ,
ਜੇ ਪੂਰੀ ਆਨੰਦ ਛੱਡੀਏ ਤੇ ਮੋਢੇ ਤੋਂ ਐਵੇਂ ਸਿਰ ਘੁਮਾ ਕੇ, ਜਿਹਨੂੰ ਬਾਬਾ ਜੀ ਕਹਿੰਦੇ ਨਾ ਅਗਾਂਹ ਕੁਤਰਾਂਗ ਪਿੱਛਾ ਫੇਰ ਨਾ ਮੋਢੜਾ, ਮੋਢੇ ਤੋਂ ਵੀ ਐਵੇਂ ਨਜ਼ਰ ਕਰਕੇ ਪਿੱਛੇ ਦੇਖਿਆ ਹੋਏ, ਮਲਾਲ ਕੀਤਾ ਹੋਏ ਜੇ ਕਦੇ, ਬਿਲਕੁਲ ਵੀ ਨਹੀਂ। ਜਿੱਧਰ ਗਏ ਪੂਰੀ ਪਰਵਾਸ ਦੇ ਨਾਲ, ਖੈਰ ਇਤਿਹਾਸ ਹੈ ਕਿਉਂਕਿ ਬੀਤੇ 'ਚ ਕੁਛ ਆਪਾਂ ਇੰਸੀਡੈਂਟ ਕੁਝ ਰਹਿ ਗਏ, ਟੂਕ ਮਾਤਰ ਹੀ ਬਿਆਨ ਕਰ ਦਿੰਦਾ ਵਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਸਤੀ ਆਪਾਂ ਬੀਤੇ ਦੋ ਰੋਜ਼ ਪਹਿਲਾਂ ਇਤਿਹਾਸ ਦੇ ਵਿੱਚ ਚਮਕੌਰ ਦੀ ਜੰਗ ਹੁੰਦੀ ਹੈ, ਐਸੀ ਅਸਾਵੀ ਜੰਗ ਜਿਹਦਾ ਕੋਈ ਮੁਕਾਬਲਾ ਹੀ ਨਹੀਂ ਦੇਖਿਆ ਜਾ ਸਕਦਾ। ਅਸੀਂ ਸਾਰਾ ਗੜੀ ਦੀ ਲੜਾਈ ਕਿੰਨੀ ਵਾਰੀ ਸੁਣੀ ਹੈ, ਹਜ਼ਾਰਾਂ ਦੀ ਤਾਦਾਦ ਵਿੱਚ, ਹੁਣ ਤਾਂ ਮੂਵੀ ਬਣੀ ਉਹਦੇ ਉੱਤੇ, ਲੋਕਾਂ ਨੇ ਬਹੁਤ ਕੁਝ ਲਿਖਿਆ, ਫਰਾਂਸ ਵਿੱਚ ਯੂਰੋਪੀਅਨ ਕੁਝ ਕੰਟਰੀਜ਼ ਸਿਲੇਬਸ ਵਿੱਚ ਪੜ੍ਹਾਇਆ ਗਿਆ ਉਹ ਸਾਰਾ ਕੁਛ, ਵੀ ਵਫਾ ਕੀ ਹੁੰਦੀ ਹੈ, ਲੋਇਲਟੀ, ਲੋਇਲਟੀ ਆਪਣੇ ਕਰਮ ਨੂੰ, ਕਿਉਂਕਿ ਫੌਜੀ ਦਾ ਕੰਮ ਲੜਨਾ ਹੈ ਤਾਂ ਜਦੋਂ ਮੈਦਾਨ ਦੇ ਵਿੱਚ ਆ ਉਹਨੂੰ ਸਵਾਏ ਜੰਗ ਤੋਂ ਫਿਰ ਕੁਛ ਹੋਰ ਨਹੀਂ ਦਿਸਦਾ। ਤਾਂ ਹੀ ਉਹ, ਨਹੀਂ ਤਾਂ ਜੇ ਕਨਫਿਊਜ਼ ਹੀ ਹੋ ਜਾਵੇ ਵੀ ਪਤਾ ਨਹੀਂ ਕੀ ਬਣੇਗਾ, ਪਰਿਵਾਰ ਦਾ ਕੀ ਬਣੇਗਾ, ਟੱਬਰ ਦਾ ਕੀ ਬਣੇਗਾ, ਸੱਜੇ ਕੀ ਬਣੇਗਾ, ਖੱਬੇ ਕੀ ਬਣੇਗਾ, ਉਹ ਕੀ ਲੜੇਗਾ ਖਾਕ, ਉਹਨੂੰ ਤਾਂ ਜੰਗ ਦੇ ਵਿੱਚ ਪੈ ਰਹੇ ਜਿਹੜੇ ਧੌਂਸੇ ਨੇ, ਆਵਾਜ਼ਾਂ ਨੇ, ਜਿਹੜੀ ਖੜਕਾਹਟ ਆ, ਜਿਹੜੀ ਵੈਪਨਸ ਦੀ, ਉਹਦਾ ਉਹਦੇ ਅੰਦਰ ਲੂਰੀਆਂ ਚੜਾਉਂਦੀ ਹੈ, ਉਹਨੂੰ ਕਹਿੰਦਾ ਹੁਣ ਆਏਗਾ ਪਤਾ, ਹੁਣ ਲੱਗੇਗਾ ਪਤਾ ਮੈਦਾਨ ਦੇ 'ਚ ਅਸੀਂ ਕਿਸ ਰੂਪ ਵਿੱਚ ਜੂਝਦੇ ਹਾਂ ਜਾ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਤਰੀਕੇ ਦਾ ਮੈਦਾਨ ਪਖਾਉਂਦੇ ਨੇ ਸਾਰੇ ਦਾ ਸਾਰਾ। ਆਖਿਰਕਾਰ ਪੂਰਾ ਦਿਨ ਜੰਗ ਹੁੰਦੀ ਹੈ ਅਤੇ ਪੂਰੇ ਦਿਨ ਦੀ ਜੰਗ ਦੇ 'ਚ ਲੱਖਾਂ ਦਾ ਯਲਗਾਰ 44 ਬੰਦਿਆਂ ਦੇ ਸਾਹਮਣੇ ਇੰਝ ਬੇਵਸ ਲੱਗਦਾ ਹੈ, ਉਹਨਾਂ ਦੀ ਪੇਸ਼ ਨਹੀਂ ਜਾਂਦੀ। ਰਾਤ ਪੈਂਦੀ ਤੱਕ ਭੀਮ ਚੰਦ, ਵਜ਼ੀਰ ਖਾਂ, ਜ਼ਬਰਦਸਤ ਖਾਂ ਵਰਗੇ ਸੂਬੇਦਾਰ ਉਹ ਬੈਠ ਕੇ ਰਾਵਾਂ ਲਾਉਂਦੇ ਨੇ, ਨੁਕਸਾਨ ਬੜਾ ਹੋ ਗਿਆ, ਓਹੋ ਬੰਦੇ ਬੜੇ ਮਰ ਗਏ ਨੇ, ਓਹੋ ਇਹ ਸਾਰਾ ਕੁਛ ਕੀਤਾ ਕੀ ਜਾਏ, ਨਹੀਂ 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 ਰਾਤ ਦੇ ਹਨੇਰੇ 'ਚ ਨਹੀਂ ਲੜਿਆ ਜਾ ਸਕਦਾ। ਦਿਨ ਦੀ ਰੌਸ਼ਨੀ 'ਚ ਜਿਨ੍ਹਾਂ ਨੂੰ ਅਸੀਂ ਕਿਸੇ ਰੂਪ 'ਚ ਰੋਕ ਨਹੀਂ ਸਕਦੇ, ਰਾਤ ਨੂੰ ਕੀ ਬਣੇਗਾ, ਪਿੱਛੇ ਹਟ ਜਾਓ, ਘੇਰੇ ਹੋਰ ਪੱਕੇ ਕਰ ਲਓ, ਕਿਤੇ ਰਾਤ ਨੂੰ ਨਿਕਲ ਨਾ ਜਾਣ, ਪਰ ਜੰਗ ਸਵੇਰੇ ਕਰਾਂਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਦੋਂ ਇਹ ਸਾਰਾ ਜੰਗ ਆਵਰਣ ਬੰਦ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਕੋਈ ਨਾ ਖਾਲਸਿਓ ਇੱਥੇ ਆ ਜਾਓ, ਬਿਲਕੁਲ ਗੜੀ ਦੇ ਬਰਾਮਦੇ ਦੇ ਵਿੱਚ ਦੀਵਾਨ ਲੱਗਦਾ ਹੈ। ਇਹ ਇਬਾਦਤ ਦੇ ਨਵੇਂ ਸੂਤਰ ਮਹਾਰਾਜ ਨੇ ਸਮਝਾਏ ਨੇ। ਮੈਂ ਪਹਿਲੇ ਬੇਨਤੀ ਕੀਤੀ ਸੀ, ਇਹ ਨਹੀਂ ਕਿ ਧਰਤੀ 'ਤੇ ਗੁਰੂ ਬਾਬਾ ਜੀ ਨੇ ਜਿਉਣ ਨੂੰ ਤਰਜੀਹ ਨਹੀਂ ਦਿੱਤੀ, ਮਹਾਰਾਜ ਦੇ ਅਖੀਰ ਤੱਕ ਮਨੁੱਖਤਾ ਦੇ ਉਹ ਵੱਲੀ ਵਾਲੀ ਨੇ, ਮਨੁੱਖਤਾ ਦੇ ਵਾਸਤੇ ਲੜ ਰਹੇ ਨੇ, ਉਹਦੀ ਉਹਨਾਂ ਦੀ ਆਪਣੀ ਕੋਈ ਲੜਾਈ ਜੰਗ ਹੈ ਹੀ ਨਹੀਂ। ਧਰਤੀ ਤੱਕ ਸਰ ਲੋਕ ਕਹਿੰਦੇ ਇਹਨਾਂ ਚੀਜ਼ਾਂ ਦੀ ਲੜਾਈ ਹੁੰਦੀ ਹੈ, ਜਰ ਲਈ, ਜੋਰੂ ਲਈ, ਅਤੇ ਜ਼ਮੀਨ ਲਈ, ਅਤੇ ਬਾਪੂ ਦਾ ਤਾਂ ਕੋਈ ਕਿਸੇ ਨਾਲ ਨਾ ਕਿਤੋਂ ਜ਼ਮੀਨ ਲੈਣ ਦਾ ਸੰਕਲਪ ਆ, ਨਾ ਕਿਸੇ ਤੋਂ ਜਰ ਲੈਣ ਦਾ ਸੰਕਲਪ ਆ, ਜਰ ਤਾਂ ਉਹ ਵੰਡਣ ਵਾਲਾ ਆ, ਅਤੇ ਬਾਕੀ ਗੱਲ ਰਹਿ ਗਈ ਅਣਖ ਅਤੇ ਗੈਰਤ ਦੇ ਉਸ ਰੰਗ 'ਚ ਲਿਆਂਦਾ ਗਿਆ। ਜੋਰੂ ਜਿਹਨੇ ਸਿੱਖੀ ਦੀ ਗੁੜਤੀ ਪੀ ਲਈ, ਥੋੜ੍ਹੇ ਦਿਨਾਂ ਬਾਅਦ ਹੀ ਅਸੀਂ ਉਸ ਮਾਤਾ ਨੂੰ ਦੇਖਾਂਗੇ, ਮਾਤਾ ਭਾਗ ਕੌਰ ਨੂੰ, ਜਿਹਦੇ ਆਪਣੇ ਖਾਵੰਦ ਨੇ ਕਿਹਾ ਕਿ ਨਹੀਂ ਨਹੀਂ ਮੈਂ ਗੁਰੂ ਤੋਂ ਪਿੱਠ ਦੇ ਦੇਣੀ ਹੈ, ਉਹਨੇ ਸਾਂਗ ਖਿੱਚ ਕੇ ਕਿਹਾ ਵੀ ਜਿਹੜਾ ਗੁਰੂ ਦਾ ਨਹੀਂ ਉਹ ਮੇਰਾ ਵੀ ਖਾਵੰਦ ਹੋਣ ਦਾ ਹੱਕਦਾਰ ਨਹੀਂ। ਆਪ ਦੇਖੋ ਇਸ ਤਰੀਕੇ ਦਾ ਇੱਕ ਪੂਰੇ ਦਾ ਪੂਰਾ ਵਾਤਾਵਰਣ ਹੀ ਬਦਲ ਦਿੱਤਾ ਆ। ਪਰ ਹਾਂ, ਮਹਾਰਾਜ ਜੰਗ ਲੜੀਏ, ਲੜੀ ਇਸ ਕਰਕੇ ਹੈ ਕਿਉਂਕਿ ਜਿਨ੍ਹਾਂ ਦੀ ਜਾਤ ਵਿੱਚ, ਕੁੱਲ ਵਿੱਚ, ਵੰਸ਼ ਵਿੱਚ ਗੁਲਾਮੀ ਤੋਂ ਬਿਨਾਂ ਕੁਛ ਨਹੀਂ ਸੀਗਾ, ਉਹਨਾਂ ਨੂੰ ਸਰਦਾਰ ਬਣਾਉਣਾ ਆ, ਉਹਨਾਂ ਨੂੰ ਧਰਤੀ ਦੇ ਵਾਰਸ ਬਣਾਉਣਾ ਆ, ਧਰਤੀ ਦੇ ਜਾਇਆਂ ਨੂੰ ਧਰਤੀ ਦਾ ਹਕੂਕ ਦੇਣਾ ਆ। ਆਪ ਦੇਖੋ ਪੂਰੇ ਸੰਸਾਰ ਦੇ ਝਾਤ ਮਾਰ ਕੇ ਦੇਖੀਏ, ਬੀਂਗ ਏ ਸਿੱਖ ਤੁਹਾਡੇ ਵਾਸਤੇ ਚੈਲੰਜਸ ਘੱਟ ਨਹੀਂ ਹੈਗੇ, ਚੈਲੰਜਸ ਹਰ ਲੈਵਲ 'ਤੇ ਨੇ ਅਤੇ ਚੈਲੰਜਸ ਹੋਣੇ ਵੀ ਚਾਹੀਦੇ ਨੇ। ਇਹਨਾਂ ਦੇ ਨਾਲ ਸਾਡੀ ਹੋਂਦ ਦਾ ਅਹਿਸਾਸ ਰਹਿੰਦਾ, ਅਸੀਂ ਹੈਗੇ ਹਾਂ, ਅਸੀਂ ਮੌਜੂਦ ਹਾਂ। ਬਾਕੀ
ਜੇ ਦੇਖੀਏ ਪੂਰੀ ਕਮਿਊਨਿਟੀ ਨੂੰ, ਇੱਕ ਛੋਟੇ ਜਿਹੇ ਪ੍ਰੋਵਿੰਸ ਦੀ ਜਿੰਨੀ ਕੁ ਪਾਪੂਲੇਸ਼ਨ ਹੁੰਦੀ ਹੈ, ਇੰਨੀ ਕੁ ਕਮਿਊਨਿਟੀ ਹੈ ਸਾਡੀ ਆਲ ਓਵਰ ਦਾ ਗਲੋਬ, ਝਾਤ ਮਾਰ ਕੇ ਦੇਖ ਲਵੋ ਤੁਸੀਂ। ਪਰ ਹੈ ਕੀ ਹੈ, ਇੱਕ ਫਲੋਟਿੰਗ ਨੇਸ਼ਨ ਹੈ ਪੂਰੇ ਦਾ ਪੂਰਾ, ਇੱਕ ਐਸਾ ਜਿਹੜਾ ਨੇਸ਼ਨ ਧਰਤੀ ਦੇ ਉੱਤੇ ਆਪਣੀ ਪੂਰੀ ਪਹਿਚਾਣ ਰੱਖਦਾ ਹੈ ਅਤੇ ਜੀਵਨ ਦਾ ਜਿਹੜਾ ਮਰਜ਼ੀ ਪੜਾਅ ਹੋਏ। ਆ ਪਿੱਛੇ ਕੋਵਿਡ ਦਾ ਟਾਈਮ ਦੇਖੋ, ਦੁਨੀਆ ਪੱਧਰ ਦੇ ਵਿੱਚ ਜਿਹਦੀ ਚਰਚਾ ਹੋਈ ਹੈ, ਉਹ ਬੀਇੰਗ ਏ ਕਮਿਊਨਿਟੀ, ਤੁਸੀਂ ਉਸ ਰੂਪ ਦੇ ਵਿੱਚ ਪੀਪਲ ਆਰ ਸੋ ਐਕਚੁਲੀ ਦੇਵਰ ਅਮੇਜ਼, ਦੇਵਰ ਥਿੰਕਿੰਗ ਵੀ ਇਹ ਇਹ ਸਾਰਾ ਉਸ ਰੂਪ ਦੇ ਵਿੱਚ। ਹਾਂ ਭਾਈ, ਇਹੀ ਗੁਰੂ ਬਾਬਾ ਜਿਹੜੇ ਸਿਰਜਿਆ ਅਤੇ ਉਸਾਰਿਆ। ਖੈਰ, ਇਸ ਸਾਰੇ ਦੇ ਵਿੱਚ ਜਿਹੜੀ ਇਬਾਦਤ, ਬੰਦਗੀ, ਭਗਤੀ, ਸ਼ਾਮ ਦਾ ਰਹਿਰਾਸ ਦਾ ਸੋਦਰ ਦਾ ਦੀਵਾਨ ਲੱਗਦਾ ਆ, ਦੀਵਾਨ ਤੋਂ ਬਾਅਦ ਗੁਰੂ ਮਹਾਰਾਜ ਆਪਣੇ ਜੋ ਥੋੜ੍ਹੀ ਜਿਹੀ ਗਿਣਤੀ 10 ਤੋਂ ਕੁਝ ਵੱਧ ਦੀ ਗੱਲ ਆਉਂਦੀ ਹੈ, ਉਹਨਾਂ ਦੇ ਨਾਲ ਬੈਠ ਕੇ ਬਾਤਾਂ ਪਾਉਂਦੇ ਨੇ ਅਤੇ ਮਹਾਰਾਜ ਦੱਸਦੇ ਨੇ। ਜਦੋਂ ਅਸੀਂ ਕੁਝ ਪੰਜਾਬ ਦੀ ਤਵਾਰੀਖ ਪੜ੍ਹਦੇ ਹਾਂ ਤਾਂ ਉਹਦੇ 'ਚ ਜ਼ਿਕਰ ਮਿਲਦਾ ਆ, ਮਹਾਰਾਜ ਉਪਦੇਸ਼ ਦਿੰਦੇ ਨੇ, ਕਹਿੰਦੇ ਨੇ ਖਾਲਸਾ ਜੀ, ਸਿੱਖ ਨੂੰ ਹਮੇਸ਼ਾ 4 ਓਟਾਂ ਰੱਖਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲੀ ਓਟ ਅਕਾਲ ਪੁਰਖ ਵਾਹਿਗੁਰੂ ਦੀ। ਅਸੀਂ ਬਚਨ ਪੜ੍ਹਦੇ ਹਾਂ ਬਾਣੀ ਦੇ ਵਿੱਚ ਕਿ ਜੇ ਅਕਾਲ ਪੁਰਖ ਵਾਹਿਗੁਰੂ ਤੇਰੇ ਵੱਲ ਹੈ ਨਾ, ਵੀ ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਉਹਨੂੰ ਧਰਤੀ 'ਤੇ ਕਮੀ ਕੋਈ ਨਹੀਂ। ਦੂਸਰੀ ਓਟ ਗੁਰੂ ਦੀ, ਗੁਰੂ ਉਪਦੇਸ਼ ਦਾ ਕਰਨਧਾਰ ਹੈ, ਉਹ ਉਪਦੇਸ਼ ਬਖਸ਼ਦਾ ਹੈ। ਤੀਸਰੀ ਓਟ ਸੰਗਤ ਦੀ, ਕਦੀ ਵੀ ਇਕੱਲਾ ਬੰਦਾ ਜੇਤੂ ਨਹੀਂ ਹੁੰਦਾ, ਸੈਂਸ ਆਫ ਕਮਿਊਨਿਟੀ ਹਮੇਸ਼ਾ ਬਣਾ ਕੇ ਰੱਖਣੀ ਹੈ। ਸੰਗਤ ਹੀ ਅਸਲ ਦੇ ਵਿੱਚ ਆਵਾਜ਼ੇ ਖਲਕਤ, ਆਵਾਜ਼ੇ ਖੁਦਾ ਹੁੰਦੀ ਹੈ। ਇਹਦੇ ਵਿੱਚ ਹੱਕ ਸੱਚ ਦੇ ਜਿਹੜੀ ਹੈ ਉਹ ਪਰਵਾਜ਼ ਨੂੰ ਨਾਲ ਤੋਰਨਾ, ਪਰ ਸੰਗਤ ਦੇ ਨਾਲ ਰਹਿਣਾ। ਅਤੇ ਚੌਥੀ ਓਟ ਹੈ ਬੰਦੇ ਨੂੰ ਆਪਣੇ ਆਪੇ ਦੀ, ਕਦੀ ਵੀ ਆਪਣੇ ਆਪ ਨੂੰ ਨਿਗੁਣਾ ਅਤੇ ਉਸ ਰੂਪ ਦੇ ਵਿੱਚ ਨਹੀਂ ਮੰਨ ਕੇ ਚੱਲਣਾ, ਹਮੇਸ਼ਾ ਅਹਿਸਾਸ ਰੱਖਣਾ ਵਾਹਿਗੁਰੂ ਨੇ ਜਿਹੜੀ ਜੋਬ, ਜਿਹੜਾ ਕੰਮ, ਜਿਹੜੀ ਡਿਊਟੀ ਮੇਰੀ ਲਾਈ ਹੈ, ਮੈਂ ਉਹਦੇ 'ਤੇ ਪੂਰੇ ਉਤਰਨਾ ਹੈ। ਇਸ ਕਿਸਮ ਦੇ ਨਾਲ ਮਹਾਰਾਜ ਬਚਨ ਕਹਿੰਦੇ ਨੇ। ਪਰ ਜਿਹੜੀਆਂ ਰੂਹਾਂ ਬੈਠੀਆਂ ਨੇ ਗੁਰੂ ਦੇ ਕੋਲ, ਭਾਈ ਦਇਆ ਸਿੰਘ ਸਰੀਖੀਆਂ, ਭਾਈ ਧਰਮ ਸਿੰਘ ਸਰੀਖੀਆਂ, ਭਾਈ ਸੰਗਤ ਸਿੰਘ ਸਰੀਖੀਆਂ, ਉਹ ਮਹਾਰਾਜ ਨੂੰ ਕਹਿੰਦੀਆਂ, ਪਾਤਸ਼ਾਹ ਤੁਹਾਡੀ ਸਾਰੀ ਗੱਲ ਮੰਨੀ, ਇੱਕ ਇੱਕ ਬਚਨ ਮੰਨਿਆ, ਪਰ ਪਾਤਸ਼ਾਹ ਬਸ ਤੁਸੀਂ ਹੁਣ ਗੜੀ 'ਚੋਂ ਜਾਓ, ਤੁਸੀਂ ਜੋ ਮੰਜ਼ਰਆਮ ਕਰਨਾ ਸੀ ਕਰ ਲਿਆ, ਤੁਸੀਂ ਸਾਡੀ ਇੱਕ ਉਸ ਰੂਪ ਵਿੱਚ ਬਾਤ ਬੇਨਤੀ ਨਹੀਂ ਸਵੇਰ ਦੀ ਮੰਨੀ, ਤੁਸੀਂ ਦੋਨੋਂ ਸਾਹਿਬਜ਼ਾਦੇ ਇਸ ਜੰਗ ਦੇ ਸਾਹਮਣੇ ਜਿਹੜਾ ਹੈਗਾ ਉਸ ਰੂਪ 'ਚ ਆਹੂਤਿਤ ਕਰ ਦਿੱਤੇ ਨੇ, ਪਰ ਹੁਣ ਨਹੀਂ, ਹੁਣ ਪਾਤਸ਼ਾਹ ਹੁਣ ਤੁਸੀਂ। ਮਹਾਰਾਜ ਕਹਿੰਦੇ, ਯੋਧਿਓ ਮੈਦਾਨੇ ਜੰਗ 'ਚ ਬੈਠੇ, ਅੱਗੇ ਵੀ ਕਿਹਾ ਸੀਗਾ ਲੜਨ ਦੀਆਂ ਗੱਲਾਂ ਕਰੀਦੀਆਂ ਨੇ, ਜੂਝਣ ਦੀਆਂ ਗੱਲਾਂ ਕਰਦੀਆਂ। ਹੁਣ ਇਸ ਧਰਤੀ ਦੇ ਉੱਤੇ ਸਾਡਾ ਖੂਨ ਕਦੀ ਅਜ਼ਾਈ ਨਹੀਂ ਜਾਏਗਾ, ਜਦੋਂ ਤੱਕ ਇਸ ਧਰਤੀ ਦੇ ਜ਼ਾਇਰ ਰਹਿਣਗੇ ਉਹ ਸਾਡੇ ਖੂਨ ਨੂੰ ਯਾਦ ਕਰਿਆ ਕਰਨਗੇ। ਚਿੰਤਾ ਨਾ ਕਰੋ, ਅਕਾਲ ਪੁਰਖ ਵਾਹਿਗੁਰੂ ਕਾਇਮ ਦਾਇਮ ਆ, ਅਸੀਂ ਜਾਮੇ ਸ਼ਹਾਦਤ ਪੀਆਂਗੇ। ਐਸੇ ਸਮੇਂ ਦੇ 'ਚ ਮੈਂ ਸੋਚਦਾ ਹਾਂ, ਇਹ ਗੁਰੂ ਦੀ ਕਰਾਮਾਤ ਹੀ ਹੈ, ਗੁਰੂ ਦੀ ਕਮਾਲੇ ਕਰਾਮਾਤ ਆ, ਜਿਹਨੇ ਉਹਨਾਂ ਦੀ ਸੁਰਤ ਨੂੰ ਇੰਨਾ ਸਥਿਰ ਰੱਖਿਆ। ਉਹਨਾਂ ਪੰਜਾਂ ਨੇ ਬੈਠ ਕੇ ਉਸੇ ਰੂਪ ਵਿੱਚ ਕਿਹਾ ਕਿ ਪਾਤਸ਼ਾਹ ਤੁਸੀਂ ਸਾਨੂੰ ਇਹ ਰੁਤਬਾ ਦਿੱਤਾ ਸੀਗਾ, ਤੁਸੀਂ ਪੰਜ ਜਦੋਂ ਇਸ ਰੂਪ ਦੇ ਵਿੱਚ ਕਿਸੇ ਵੱਡੇ ਕਾਰਜ ਲਈ ਸੁਨੇਹਾ ਦੇਣ ਵਾਸਤੇ ਆਓਗੇ, ਤੁਸੀਂ ਆਪ ਨਹੀਂ ਹੋਵੋਗੇ, ਤੁਸੀਂ ਗੁਰੂ ਦਾ ਰੂਪ ਹੋਵੋਗੇ, ਗੁਰੂ ਵਰਤੇਗਾ ਵਿੱਚ। ਹੁਕਮ ਇਹ ਹੈ ਕਿ ਤੁਸੀਂ ਹੁਣ ਗੜੀ ਛੱਡ ਕੇ ਜਾਓ। ਅਤੇ ਐਸਾ ਪੇਸ਼ਵਾ ਆ, ਮਹਾਰਾਜ ਕਹਿੰਦੇ ਠੀਕ ਆ। ਉਸ ਦਿਨ ਵੀ ਛੋਟੀ ਛੋਟੀ ਬਾਤ ਕੀਤੀ ਹੋਏ ਕਿਤੇ, ਪਰ ਟੂਕ ਮਾਤਰ ਹੀ, ਹਕੀਮ ਅੱਲਾ ਯਾਰ ਖਾਂ ਜੋਗੀ ਨੂੰ ਯਾਦ ਕਰਦੇ ਹਾਂ, ਸਮਹਾਓ ਮੇਰੀ ਸੁਰਤੀ 'ਚੋਂ ਜੋਗੀ ਜੀ ਕਿਵੇਂ ਵਿਸਰ ਗਏ। ਉਹ ਜਦੋਂ ਬਿਆਨ ਕਰਦਾ ਕਹਿੰਦਾ, ਗੜੀ ਦਾ ਦ੍ਰਿਸ਼ ਦੇਖੋ ਕੀ ਹੈ,
ਹੋਇਆ ਸਰੀਰ ਪੰਜਾਂ ਤੱਤਾਂ ਦੇ ਲੇਖੇ ਲਾ ਦੇਵਾਂਗੇ। ਥੇ ਚਾਹਤੇ ਪੈਵੰਦ ਕਰੇ ਖਾਕ ਕਾ ਸਭ ਕੋ, ਆਤਿਫ ਨੇ ਕਿਹਾ ਕਾਮ ਮੇ ਲਾਨਾ ਨਾ ਗਜਬ ਕੋ। ਕਹਿੰਦੇ ਅਸਮਾਨ ਤੋਂ ਗੈਬੀ ਆਵਾਜ਼ ਆਈ, ਨਾ 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 ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਗਜਬ ਨਹੀਂ ਕਰਨਾ, ਇਹ ਗਜਬ ਕਰਨ ਦਾ ਹੁਕਮ ਨਹੀਂ ਤੁਹਾਨੂੰ। ਕਹਿਣ ਲੱਗੇ ਥੇ ਚਾਹਤੇ ਪੈਵੰਦ ਕਰੇ ਖਾਕ ਕਾ ਸਭ ਕੋ, ਆਤਿਫ ਨੇ ਕਿਹਾ ਕਾਮ ਮੇ ਲਾਨਾ ਨਾ ਗਜਬ ਕੋ, ਲੜਨਾ ਨਹੀਂ ਮਨਜ਼ੂਰ ਹੈ ਅੱਜ ਆਪ ਕਾ ਰੱਬ ਕੋ। ਰੱਬ ਨਹੀਂ ਚਾਹੁੰਦਾ ਕਿ ਤੁਸੀਂ ਸਵੇਰੇ ਮੈਦਾਨੇ ਜੰਗ 'ਚ ਜਾ ਕੇ ਜੂਝੋ, ਹਾਂ ਰੱਬ ਦਾ ਹੁਕਮ ਕੁਝ ਹੋ ਰਿਹਾ। ਇਸੇ ਚੀਜ਼ ਨੂੰ ਅਸੀਂ ਅਹਿਸਾਸ ਕਰੀਏ, ਗੁਰੂ ਮਹਾਰਾਜ ਹੁਕਮ ਪਾਲਣ ਦੀ ਜਾਚ ਸਿਖਾਉਂਦੇ ਨੇ ਸਾਨੂੰ। ਬਾਣੀ ਦਾ ਬਚਨ ਪੜ੍ਹ ਦੇਣਾ ਤੁਹਾਡੇ ਸਾਹਮਣੇ, ਬਾਣੀ ਕਹਿੰਦੀ ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਤਰ ਧੋਖਾ ਨੀਂਦ ਨਾ ਸੋਵੈ। ਜਿਹਨੂੰ ਕਰਤਾਰੀ ਹੁਕਮ ਸਮਝ ਨਹੀਂ ਆਉਂਦਾ, ਉਹ ਕਿਸੇ ਹੋਰ ਨੂੰ ਧੋਖਾ ਨਹੀਂ ਦੇ ਰਿਹਾ, ਆਪਣੇ ਆਪ ਨੂੰ ਧੋਖਾ ਦਿੰਦਾ। ਉਹਦੀ ਅਕਲ ਧੋਖਾ ਦੇ ਜਾਂਦੀ, ਉਹਦੀ ਐਨਰਜੀ, ਉਹਦੀ ਜ਼ਿੰਦਗੀ ਦੀ ਹਰ ਚੀਜ਼ ਉਹਨੂੰ ਧੋਖਾ ਦੇ ਜਾਂਦੀ। ਜਿਹਨੂੰ ਹੁਕਮ ਚੇਤੇ ਰਹਿੰਦਾ, ਹਰ ਚੀਜ਼ ਉਹਦੇ ਨਾਲ ਪਰਵਾਜ਼ ਭਰਦੀ ਹੈ। ਬਾਬਾ ਜੀ ਦੀ ਜਿੱਤ ਹੀ ਇਹਦੇ ਵਿੱਚ ਆ ਕਿ ਜੋ ਮਨ ਆਈ ਕਰਨਾ ਚਾਹੁੰਦੇ ਨੇ ਉਹ ਕਰ ਨਹੀਂ ਪਾਏ। ਉਹਨਾਂ ਨੇ ਕਿਹਾ ਕਿਸ ਧਰਤੀ ਨੂੰ ਡਰਾ ਕੇ, ਯਰਕਾ ਕੇ, ਮਾਰ ਕੇ, ਲਤਾੜ ਕੇ, ਅਸੀਂ ਇਹ ਗੁਰੂ ਨਾਨਕ ਦਾ ਜਿਹੜਾ ਫਲਸਫਾ, ਗੁਰੂ ਨਾਨਕ ਦੀ ਫੁਲਵਾੜੀ ਫੈਲ ਰਹੀ ਹੈ, ਇਹਨੂੰ ਅਸੀਂ ਨਿਸਤੋਂ ਨਾਬੂਦ ਕਰ ਦਿਆਂਗੇ। ਅਤੇ ਹਾਲਤ ਇਹ ਬਣੀ ਹੈ, ਅੱਜ ਉਸ ਧਰਤੀ ਦਾ ਤੁਸੀਂ ਰੰਗ ਦੇਖੋ। ਹਾਲਾਂਕਿ ਅਸੀਂ ਪ੍ਰਵਾਸ ਵਿੱਚ ਬੈਠੇ ਹਾਂ ਇੱਥੇ ਆ ਕੇ, ਪਰ ਅੱਜ ਉਸ ਚਾਰ ਚਪੇਰੇ ਚੱਪੇ ਚੱਪੇ ਦੇ ਉੱਤੇ ਜਿਹੜੀ ਗੁੰਜ਼ਾਰ ਗੂੰਜ ਰਹੀ ਹੈ ਚਕਾਰਿਆਂ ਦੀ, ਅਕਾਲ ਅਕਾਲ ਹੋ ਰਹੀ ਹੈ, ਇਹ ਕੀ ਹੈ? ਜਿਹਨੂੰ ਨਜ਼ਰ ਨਾਲ ਬੰਦਾ ਦੇਖੇ ਵੀ ਇਹੀ ਗੁਰੂ ਮਹਾਰਾਜ ਵਿਜਨ ਕਰ ਰਹੇ ਨੇ, ਉਹਨੂੰ ਪਤਾ ਗੁਰੂ ਸਾਹਿਬ ਨੂੰ ਇਹ ਸਭ ਇਸ ਰੂਪ ਵਿੱਚ ਵਾਪਰਨਾ। ਪਰ ਉਸੇ ਕਹਿੰਦੇ ਨਾ ਮਹਾਰਾਜ, ਅਜੇ ਕੰਮ ਬਾਕੀ ਹੈ, ਤੁਹਾਨੂੰ ਹੁਕਮ ਨਹੀਂ ਲੜਨ ਦਾ, ਇਸ ਕਰਕੇ ਤੁਹਾਡੇ ਵਾਸਤੇ ਇਹ ਹੈ ਤੁਸੀਂ ਇੱਥੋਂ ਜਾਣਾ ਹੈ। ਕਹਿੰਦੇ ਥੇ ਚਾਹਤੇ ਪੈਬੰਦ ਕਰੇ ਖਾਕ ਕਾ ਸਭ ਕੋ, ਆਤਿਫ ਨੇ ਕਿਹਾ ਕਾਮ ਮੇ ਲਾਨਾ ਨਾ ਗਜਬ ਕੋ, ਲੜਨਾ ਨਹੀਂ ਮਨਜ਼ੂਰ ਹੈ ਅੱਜ ਆਪ ਕਾ ਰੱਬ ਕੋ। ਯੇ ਸੁਣ ਕੇ ਗੁਰੂ ਭੁੱਲ ਗਏ ਰੰਜੋ ਤਵਬ ਕੋ, ਤਲਵਾਰ ਕੇ ਮਿਆਨ ਹੱਥ ਉਠਾਇਆ, ਸਤਿਗੁਰ ਨੇ ਵਹੀਂ ਸਜਦਾ ਏ ਸ਼ੁਕਰਾਨਾ ਬਜਾਇਆ। ਕੈਸਾ ਸਤਿਗੁਰੂ ਹੈ! ਇਹ ਹੁਕਮ ਹੋਇਆ, ਮਹਾਰਾਜ ਕਹਿੰਦੇ ਠੀਕ ਹੈ, ਜਿਵੇਂ ਤੁਸੀਂ ਹੁਕਮ ਕਰਦੇ ਹੋ ਉਸ ਰੂਪ ਦੇ ਵਿੱਚ। ਪਰ ਖਾਲਸਾ ਜੀ, ਕੁਝ ਬੇਨਤੀਆਂ ਮੇਰੀਆਂ ਵੀ ਨੇ। ਮਹਾਰਾਜ ਨੇ ਜਦੋਂ ਇਹ ਗੱਲ ਕਹੀ, ਉਹਨਾਂ ਹੱਥ ਬੰਨ ਕੇ ਕਿਹਾ, ਮਹਾਰਾਜ ਹੁਣ ਤੁਹਾਡੀਆਂ ਬੇਨਤੀਆਂ ਨੇ, ਤੁਸੀਂ ਆਹ ਗੱਲ ਮੰਨ ਲਈ, ਹੁਣ ਹੁਕਮ ਹੈ ਤੁਹਾਡਾ, ਹੁਣ ਦੱਸੋ ਜੋ ਕਹੋਗੇ ਉਹੀ ਹੈ। ਬਾਬਾ ਜੀ ਕਹਿਣ ਲੱਗੇ, ਇੱਕ ਤਾਂ ਇਹ ਹੈ ਕਿ ਮੈਂ ਬਿਨਾਂ ਆਵਾਜ਼ ਦਿੱਤੇ ਅਛੋਪਲੇ ਅਡੋਲ ਨਹੀਂ ਜਾਵਾਂਗਾ, ਮੈਂ ਜੰਗ ਦੇ ਮੈਦਾਨ ਵਿੱਚ ਹਾਂ, ਮੈਂ ਰਣਸਿੰਘਾ ਵਜਾ ਕੇ ਨਗਾਰੇ ਦੀ ਚੋਟ 'ਤੇ ਜਾਵਾਂਗਾ। ਕਹਿਣ ਲੱਗੇ ਮਹਾਰਾਜ ਸਤ ਵਚਨ। ਦੂਸਰਾ, ਮੇਰੇ ਨਾਲ ਤਿੰਨ ਸਿੱਖ ਲਿਆਣਗੇ। ਮਹਾਰਾਜ ਉਹ ਵੀ ਠੀਕ ਹੈ। ਇੱਕ ਹੋਰ ਬਚਨ ਮਹਾਰਾਜ ਕਹਿੰਦੇ, ਇੱਥੇ ਗੜੀ ਦੇ ਵਿੱਚ ਕਹਿਣ ਲੱਗੇ, ਮਹਾਰਾਜ ਅਸੀਂ ਮੋਰਚਾ ਸੰਭਾਲਾਂਗੇ ਅਸੀਂ ਪੂਰੀ। ਸਾਹਿਬ ਕਹਿੰਦੇ ਠੀਕ ਹੈ। ਆਪਣੀ ਕਲਗੀ ਗੁਰੂ ਮਹਾਰਾਜ ਦੇ ਸਿਰ ਤੋਂ ਉਹਨਾਂ ਨੇ ਉਤਾਰੀ। ਮੈਂ ਕਹਿੰਦਾ ਕੈਸੀ ਰੂਹ ਹੋਏਗੀ ਭਾਈ ਸੰਗਤ ਸਿੰਘ। ਮਹਾਰਾਜ ਨੇ ਉਹਦੇ ਮੱਥੇ 'ਤੇ ਆਪ ਕਲਗੀ ਸਜਾਈ ਹੈ, ਉਸ ਨੂੰ ਮਮਟੀ ਦੇ ਉੱਤੇ ਬਿਠਾਇਆ ਹੈ, ਕਿਉਂਕਿ ਕਲਗੀ 'ਚ ਹੀਰੇ ਲੱਗੇ ਸੀ, ਦੂਰ ਤੱਕ ਚਮਕ ਰੱਖਦੇ ਸੀਗੇ। ਮੈਦਾਨੇ ਜਾਂਗਿਆ, ਅੱਧੀ ਰਾਤ ਦਾ ਸਮਾਂ ਆ, ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਮਟੀ ਦੇ ਉੱਤੇ ਚੜ੍ਹਦੇ ਨੇ, ਆਪ ਦੋਨਾਂ ਹੱਥਾਂ ਦੇ ਨਾਲ ਨਗਾਰੇ ਵਜਾਉਣ ਵਾਲੇ ਧੌਂਸੇ ਫੜਦੇ ਨੇ, ਅਸਮਾਨ ਗੂੰਜਵੀਂ ਆਵਾਜ਼ ਦੇ ਨਾਲ ਨਗਾਰਿਆਂ ਦੇ ਨਾਲ ਅਸਮਾਨ ਨੂੰ ਜਿਹੜਾ ਹੈਗਾ ਦੋਹਰਾ ਕਰਕੇ ਰੱਖ ਦਿੰਦੇ ਨੇ। ਉਸ ਤੋਂ ਬਾਅਦ ਆਪ ਰਣਸਿੰਘਾ ਫੜ ਕੇ ਫੂਕ ਮਾਰਦੇ, ਰਣਸਿੰਘੇ ਦੀ ਦੂਰ ਤੱਕ ਆਵਾਜ਼ ਜਾਂਦੀ, ਜਿਹੜੇ ਸਾਰੇ ਦਿਨ ਦੇ ਜੰਗ 'ਚ ਲੜ ਕੇ ਥੱਕ ਕੇ ਜ਼ਖਮੀ ਹੁਕਮ ਖਾ ਕੇ ਦੂਰ ਆਪਣੇ ਤੰਬੂਆਂ 'ਚ ਬੈਠੇ, ਸਿਆਲੀ ਰਾਤ ਦੇ ਵਿੱਚ ਉਹਨਾਂ ਦੀਆਂ ਹੋਸ਼ੋ ਹਵਾਸ ਉੱਡ ਜਾਂਦੇ ਨੇ, ਆਹ ਕੀ ਬਣਿਆ ਹੈ?
ਉਸੇ ਸਮੇਂ ਗੜੀ ਦੇ ਵਿੱਚੋਂ ਤੁਫੰਗ ਖੁੱਲ ਜਾਂਦੀ ਏ, ਬੰਦੂਕਾਂ ਦੇ ਤੋੜਿਆਂ ਦੀ ਆਵਾਜ਼ ਨਿਕਲਦੀ ਹੈ, ਅਹਿਸਾਸ ਹੋ ਜਾਂਦਾ ਹੈ ਗੜੀ ਦੇ ਵਿੱਚ ਬੈਠੇ ਹੋਏ ਗੜੀ 'ਚੋਂ ਹਮਲਾ ਕਰਨ ਵਾਸਤੇ ਬਾਹਰ ਆ ਰਹੇ ਨੇ। ਇਤਨੀ ਬਾਤ ਹੋਈ, ਹਲਚਲ ਬਾਹਰਲੇ ਪਾਸੇ ਵੀ ਮੱਚ ਗਈ। ਮਹਾਰਾਜ ਗੜੀ ਦੇ ਦਰਵਾਜ਼ੇ ਖੋਲ੍ਹਦੇ, ਇੱਕ ਡਾਇਰੈਕਸ਼ਨ ਨੂੰ ਆਪ ਨਿਕਲਦੇ ਨੇ, ਦੂਜੀ ਨੂੰ ਭਾਈ ਧਰਮ ਸਿੰਘ ਜੀ, ਤੀਸਰੀ ਨੂੰ ਭਾਈ ਦਇਆ ਸਿੰਘ ਜੀ, ਚੌਥੀ ਨੂੰ ਭਾਈ ਮਾਨ ਸਿੰਘ ਜੀ। ਚਾਰੇ ਡਾਇਰੈਕਸ਼ਨਾਂ ਦੇ ਵਿੱਚ ਇਸ ਰੂਪ ਦੇ ਵਿੱਚ ਬਾਹਰ ਨਿਕਲਦੇ ਨੇ। ਦੁਸ਼ਮਣ ਹੈਰਾਨ ਹੋ ਜਾਂਦਾ ਹੈ, ਚਾਰੇ ਦਰਵਾਜ਼ੇ ਖੁੱਲ੍ਹੇ ਨੇ, ਕੋਈ ਬਾਹਰ ਨਿਕਲੇ ਨੇ। ਮਸ਼ਾਲਾਂ ਰਾਈਟ ਵੇ ਮਸ਼ਾਲਚੀ ਔਨ ਕਰਦੇ ਨੇ ਵੀ ਮਸ਼ਾਲਾਂ ਜਗਾਓ ਫਟਾਫਟ ਤਾਂ ਕਿ ਰਸਤਾ ਦਿਸ ਸਕੇ। ਜਿਹੜੀ ਮਸ਼ਾਲ ਔਨ ਹੁੰਦੀ ਉਸੇ ਦੇ ਗੁੱਟ ਨੂੰ ਨਿਸ਼ਾਨਾ ਬਣਾ ਕੇ ਤੀਰ ਵੱਜਦਾ, ਮਸ਼ਾਲ ਧਰਤੀ 'ਤੇ ਜਾ ਪੈਂਦੀ। ਇਹ ਸਾਰਾ ਇਸ ਰੂਪ 'ਚ ਮੰਜਰ ਵੱਜਦਾ, ਮਹਾਰਾਜ ਤੁਰਦੇ ਹੋਏ ਇੱਕ ਬੜੀ ਉੱਚੀ ਟਿੱਬੀ 'ਤੇ ਜਾ ਕੇ ਖੜ੍ਹੇ ਹੁੰਦੇ, ਜ਼ੋਰ ਲਾ ਕੇ ਤਾੜੀ ਮਾਰਦੇ, ਕਿਉਂਕਿ ਇਹ ਤਾੜੀ ਆਵਾਜ਼ ਕਰਨ ਦੀ ਪ੍ਰਤੀਕ ਆ। ਅਤੇ ਉੱਥੇ ਆਪਣੇ ਪਾਵਨ ਪਾਕ ਜ਼ਬਾਨ ਤੋਂ ਫਾਰਸੀ ਦੇ ਵਿੱਚ, ਇਹ ਨਹੀਂ ਆਪਣੀ ਜ਼ਬਾਨ ਦੇ ਵਿੱਚ, ਜਿਹੜੀ ਜ਼ਬਾਨ ਹੁਕਮਰਾਨ ਨੂੰ ਸਮਝ ਆਉਂਦੀ ਹੈ, ਉਹਦੇ 'ਚ ਬੋਲਦੇ, ਪੀਰੇ ਹਿੰਦ ਮੇਰਵਦ, ਫਿਰ ਤਾੜੀ ਮਾਰਦੇ, ਫਿਰ ਆਵਾਜ਼ ਦਿੰਦੇ ਪੀਰੇ ਹਿੰਦ ਮੇਰਵਦ, ਫਿਰ ਤੀਸਰੀ ਤਾੜੀ ਮਾਰਦੇ ਅਤੇ ਆਵਾਜ਼ ਦਿੰਦੇ ਪੀਰੇ ਹਿੰਦ ਮੇਰਵਦ। ਮਤਾ ਕਿਸੇ ਦੇ ਮਨ ਵਿੱਚ ਮਲਾਲ ਹੋਏ, ਕਹੇ ਵੀ ਗੁਰੂ ਮਹਾਰਾਜ ਇੱਥੋਂ ਚਲੇ ਗਏ, ਨਹੀਂ ਤਾਂ ਮੈਂ ਫੜਨਾ ਸੀ, ਨਹੀਂ ਤਾਂ ਮੈਂ ਉਹਨਾਂ ਨੂੰ ਜਿਹੜਾ ਸੀ ਜਿਉਂਦੇ ਨਹੀਂ ਸੀ ਜਾਣ ਦੇਣਾ। ਹਿੰਦ ਦਾ ਪੀਰ ਆਵਾਜ਼ ਦੇ ਕੇ ਜਾ ਰਿਹਾ, ਹਿੰਮਤ ਹੈ ਤੇ ਆ ਕੇ ਪਕੜ ਲਵੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਰੂਪ ਦੇ ਵਿੱਚ ਕਹਿੰਦੇ ਹੋਏ ਨਿਕਲੇ ਨੇ। ਜੋ ਨਿਸ਼ਚਾ ਹੋਇਆ ਸੀ ਗੜੀ ਦੇ ਵਿੱਚ ਕਿ ਸਿੱਧੇ ਤਾਰੇ ਦੀ ਸੀਧ ਦੇ ਵਿੱਚ ਤੁਰੇ ਜਾਣਾ, ਅੱਗੇ ਬਿਲਕੁਲ ਮਾਛੀਵਾੜੇ ਦੀ ਬਾਤ ਆ, ਕਿਉਂਕਿ ਨਿਹਾਲੇ ਖੱਤਰੀ ਦਾ ਪਰਿਵਾਰ ਆਲਰੇਡੀ ਚਮਕੌਰ ਹੀ ਗੁਰੂ ਸਾਹਿਬ ਨੂੰ ਆ ਕੇ ਮਿਲਿਆ ਸੀਗਾ ਕੁਝ ਸਮਾਂ ਪਹਿਲਾਂ। ਮਾਈ ਆਈ ਸੀ ਖੱਦਰ ਲੈ ਕੇ, ਦੇਖੋ ਗੁਰੂ ਦੀਆਂ ਰਮਜ਼ਾਂ ਗੁਰੂ ਜਾਣਦਾ, ਇਹ ਚੀਜ਼ ਇੱਕ ਕਰਤਾਰੀ ਜੁਗਤ 'ਚ ਵਾਪਰ ਰਹੀ ਹੈ ਸਾਰੇ ਦੀ ਸਾਰੀ। ਛੋਟੀ ਜਿਹੀ ਬੇਨਤੀ ਕਰਕੇ ਬਸ ਵਾਇੰਡ ਅਪ ਕਰ ਦੇਣਾ। ਜਿੱਦਣ ਉਹ ਮਾਈ ਆਈ ਨਾ, ਅਤੇ ਵੱਡੀਆਂ ਸੰਗਤਾਂ ਦੂਰ ਤੱਕ ਲੱਗਾ ਨਤਮਸਤਕ ਹੋਣ ਵਾਸਤੇ ਕਿ ਮਹਾਰਾਜ ਨੂੰ ਆਹ ਭੇਟਾ ਕਰਨਾ, ਆਹ ਭੇਟਾ ਕਰਨਾ। ਇੱਕ ਬਜ਼ੁਰਗ ਮਾਈ ਇਹ ਤੁਰ ਹੁੰਦਾ ਨਹੀਂ, ਵੱਡਾ ਖੱਦਰ ਦਾ ਥਾਣ ਹੱਥ ਦਾ ਬੁਣਿਆ ਹੋਇਆ ਫੜਿਆ ਆਇਆ, ਅਤੇ ਉਹ ਕਿਸੇ ਨੇ ਪੁੱਛਿਆ ਵੀ ਮਾਈ ਆ ਤੂੰ ਘੋੜਿਆਂ ਵਾਸਤੇ ਜਿਹੜੇ ਕੁਝ ਜ਼ਰਾਫ ਵਗੈਰਾ ਬਣਾਉਣੇ ਹੁੰਦੇ ਨੇ ਘੋੜਿਆਂ 'ਤੇ ਪਾਉਣ ਲਈ ਸਿਆਲੀ ਦਿਨਾਂ ਦੇ ਵਿੱਚ, ਗੁਰੂ ਸਾਹਿਬ ਨੂੰ ਇਹ ਦੇਣ ਵਾਸਤੇ ਭੇਟਾ ਕਰਨ ਲੱਗੀ ਆ, ਉਰੇ ਦੇ ਦੇ ਅਸੀਂ ਪਿੱਛੇ ਰਸਦ ਖਾਨੇ 'ਚ ਜਮ੍ਹਾਂ ਕਰਾ ਦਿੰਦੇ ਹਾਂ। ਮਾਈ ਕਹਿੰਦੀ ਖਬਰਦਾਰ, ਇਹ ਗੁਰੂ ਕਾ ਚੋਗਾ ਆ। ਫਿਰ ਕਿਸੇ ਨੇ ਕਿਹਾ ਮਾਂ ਕੋਈ ਗੱਲ ਨਹੀਂ, ਤੇਰਾ ਸਤਿਕਾਰ ਕਰਦੇ ਹਾਂ, ਪਰ ਗੁਰੂ ਦੇ ਬਸਤਰ 'ਤੇ ਦੇਖ ਤੂੰ, ਐਸੇ ਆਲੀ ਸ਼ਾਨ ਪਾਤਸ਼ਾਹ ਦੇ ਬਸਤਰ, ਐਸੇ ਆਲੀ ਸ਼ਾਨ ਮਹਾਰਾਜ ਦਾ ਲਿਬਾਸ, ਆ ਖੱਦਰ ਪਾਉਣਗੇ ਤੇਰਾ, ਕਮਾਲ ਕਰਦੀ ਹੈ ਤੂੰ, ਆਪ ਹੀ ਸੋਚ ਨਾ, ਤੂੰ ਐਵੇਂ ਨਾ ਕਹਿ, ਤੂੰ ਖੱਦਰ ਲੈ ਕੇ ਨਾ ਜਾ, ਕੁਝ ਹੋਰ। ਕਹਿੰਦੀ ਨਾ ਮੈਂ ਆਹੀ ਚੜ੍ਹਾਉਣਾ। ਜਦੋਂ ਮਹਾਰਾਜ ਕੋਲ ਆ ਕੇ ਨਤਮਸਤਕ ਹੋਈ ਨਾ, ਮੱਥਾ ਟੇਕਿਆ ਅਤੇ ਕਹਿਣ ਲੱਗੇ ਗੁਰੂ ਪਾਤਸ਼ਾਹ ਆ ਥਾਂ ਆ, ਅਤੇ ਬੁਣਿਆ ਇਸ ਚਾਹਤ ਨਾਲ ਆ ਕਿ ਤੁਸੀਂ ਇਸ ਨੂੰ ਪਾਓਗੇ, ਤੁਸੀਂ ਪਹਿਰੋਗੇ ਇਸ ਚੋਗੇ ਨੂੰ। ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਰੱਖਦੇ ਚੋਗੇ ਅਤੇ ਉਸ ਬਸਤਰ ਦੇ ਉੱਤੇ, ਉਸ ਸਥਾਨ ਖੱਦਰ ਦੇ, ਕਹਿੰਦੇ ਮਾਂ ਲੈ ਜਾ, ਸਾਡੀ ਅਮਾਨਤ ਹੈ, ਆਪਣੇ ਕੋਲ ਸੰਭਾਲ ਕੇ ਰੱਖੀ, ਤੂੰ ਨਹੀਂ ਲੈ ਕੇ ਆਉਣਾ, ਤੂੰ ਬਣਾ ਦਿੱਤਾ ਬਹੁਤ ਆ, ਜਿੱਦਣ ਸਾਨੂੰ ਲੋੜ ਪਏਗੀ ਪਾਉਣ ਦੀ ਅਸੀਂ ਆਪ ਤੇਰੇ ਕੋਲ ਲੈਣ ਆਵਾਂਗੇ। ਜਦੋਂ ਮਾਂ ਬਾਹਰ ਨਿਕਲੀ ਨਾ ਉਹ ਥਾਨ ਲੈ ਕੇ, ਕਈਆਂ ਨੇ ਕਿਹਾ ਗੁਰੂ ਸਾਹਿਬ ਨੇ ਟਾਲ ਦਿੱਤਾ ਤੈਨੂੰ, ਮਹਾਰਾਜ ਨੂੰ ਥਾਨ ਦੀ ਲੋੜ ਪਏਗੀ, ਤੂੰ ਸੋਚਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਕੋਲ ਆਉਣਗੇ ਅਤੇ ਕਹਿਣਗੇ ਮਾਈ ਤੇਰਾ ਤੇਰਾ ਖੱਦਰ ਦਾ ਥਾਨ ਚਾਹੀਦਾ ਹੈ। ਇਹ ਗੁਰੂ ਬਾਬਾ ਇੱਕ ਰਿਸ਼ਮਾ ਬੜਾ ਗੁਣ ਰਿਹਾ ਆਪਣੇ ਉਸ ਰੂਪ ਦੇ ਵਿੱਚ। ਮੈਂ ਕਈ ਵਾਰੀ ਬੇਨਤੀ ਕਰਦਾ, ਕਦੀ ਆਪਣੀ ਸੁਰਤ ਨੂੰ ਥੋੜ੍ਹਾ ਉੱਚੀਆਂ ਲੈ ਜਾਓਗੇ ਨਾ,
ਤੇ ਜੀਵਨ ਦੇ ਜਿਹੜੇ ਛੋਟੇ ਛੋਟੇ ਰੰਗ ਤੁਹਾਨੂੰ ਬੇਰੰਗ ਕਰ ਦਿੰਦੇ ਨਾ, ਬੇਸਵਾਦ ਕਰਦੇ ਨੇ ਜ਼ਿੰਦਗੀ, ਉਹ ਨਹੀਂ ਹੋਏਗੀ। ਦਾਨੇ ਲੋਕ ਕਹਿੰਦੇ ਨੇ ਉਹਨਾਂ ਦਰਿਆਵਾਂ ਦਾ ਪਾਣੀ ਜ਼ਿਆਦਾ ਠੰਡਾ, ਸ਼ੀਤਲ ਅਤੇ ਤੇਜ਼ ਵਗਦਾ ਆ ਜਿਨ੍ਹਾਂ ਦਰਿਆਵਾਂ 'ਚ ਚੋਟੀ ਦੀ ਬਰਫ਼ ਖੁਰ ਕੇ ਆਉਂਦੀ ਹੈ। ਜਦੋਂ ਤੁਹਾਡੀ ਸੋਚ ਦਾ ਮੰਜ਼ਰ ਬੜਾ ਨਿਗੁਣਾ ਹੋ ਜਾਂਦਾ ਹੈ, ਤੁਸੀਂ ਧਰਤੀ ਦੀ ਬੁਣਤਰ ਦੇ ਵਿੱਚ ਕੱਖਾਂ ਤੋਂ ਹੌਲੇ ਹੋ ਕੇ ਰੁਲ ਜਾਂਦੇ ਹੋ। ਜੋ ਤੁਸੀਂ ਗੁਰੂ ਨੂੰ ਵਿਜਨ ਕਰਦੇ ਹੋ ਇਸ ਲੈਵਲ 'ਤੇ, ਜਿਹਨੂੰ ਮੈਂ ਬੇਨਤੀ ਕਰਦਾ, ਸਤਿਗੁਰ ਵੱਡਾ ਕਰ ਸਾਲਾ ਹੀ ਹੈ, ਜਿਸ ਵਿੱਚ ਸ਼ਹੀਦੀ ਰਿਸ਼ਮਾ ਇਹਨਾਂ ਦੀ ਪੁਸਤਕ ਆ, ਐਡੀ ਕੁ ਪੁਸਤਕ ਆ, ਪੜ੍ਹਨ ਵਾਲੀ ਹੈ, ਲੈ ਕੇ ਪੜ੍ਹਿਓ ਜੀ। ਖੈਰ, ਜਿਹੜੀ ਬੇਨਤੀ ਕਰਨ ਲੱਗਾ, ਉਹ ਜ਼ਿਕਰ ਕਰਦੇ ਕਹਿੰਦੇ ਕਿ ਜਦੋਂ ਮਹਾਰਾਜ ਬਾਹਰ ਨਿਕਲੇ ਨੇ ਅਤੇ ਵਾਹੋ ਤਾਹੀ ਜਾ ਰਹੇ ਨੇ ਚਮਕੌਰ ਦੇ ਮੈਦਾਨ ਦੇ ਵਿੱਚੋਂ, ਲੋਥਾਂ ਹੀ ਲੋਥਾਂ ਪਈਆਂ ਨੇ ਦੂਰ ਤੱਕ, ਜਦੋਂ ਕਿਤੇ ਦੂਰ ਪਵਾਂਦ ਪਿੰਡ ਜਿੱਥੇ ਨੇੜੇ ਕਰਕੇ ਪੈਂਦਾ, ਕਿਤੇ ਉੱਥੋਂ ਤੱਕ ਪਹੁੰਚੇ ਨੇ ਅਤੇ ਮਹਾਰਾਜ ਜੀ ਦਾ ਪੈਰ ਇੱਕ ਲੋਥ ਨਾਲ ਟਕਰਾਇਆ। ਆਪਣੇ ਕਿੰਨੀ ਵਾਰੀ ਬਿਰਤਾਂਤ ਸੁਣਿਆ ਹੈ, ਅਤੇ ਕਵੀ ਦੀ ਇਮੈਜੀਨੇਸ਼ਨ, ਪਰ ਰੰਗ ਉਹਦੇ 'ਚ ਦਾਰਸ਼ਨਿਕ ਹੈ ਬੜਾ ਤਕੜਾ, ਸਾਡੇ ਵਾਸਤੇ ਸੋਚ ਸੂਝ ਦੇਣ ਵਾਸਤੇ। ਉਹ ਜਿਵੇਂ ਹੀ ਪੈਰ ਲੱਗਾ ਆ, ਜੁੱਤੀ ਲੈ ਗਈ, ਮਹਾਰਾਜ ਨੇ ਜੁੱਤੀ ਵੀ ਉੱਥੇ ਛੱਡ ਦਿੱਤੀ, ਅੱਗੇ ਤੁਰ ਪਏ ਨੇ। ਪਿੱਛੇ ਭਾਈ ਦਇਆ ਸਿੰਘ ਸੀਗੇ, ਅਤੇ ਉਹਨਾਂ ਨੇ ਕਹਿੰਦੇ ਦੇਖਿਆ ਜਿਵੇਂ ਹੀ ਉਹ ਲੋਥ ਪਈ ਸੀ ਜਿਹੜੀ ਸਿੱਧੀ ਹੋਈ, ਅਤੇ ਉਹ ਕਿਸੇ ਹੋਰ ਦੀ ਨਹੀਂ, ਸਾਹਿਬਜ਼ਾਦਾ ਅਜੀਤ ਸਿੰਘ ਦੀ ਹੈ, ਜਿਹੜਾ ਜ਼ੇਰ ਜ਼ੇਰ ਜ਼ਖਮਾਂ ਨਾਲ ਭਰਿਆ ਪਿਆ। ਹੁਣ ਸਾਹਿਬ ਭਾਈ ਦਇਆ ਸਿੰਘ ਜੀ, ਜਿਸ ਅਜੀਤ ਸਿੰਘ ਨੂੰ ਲਾਡੀਆਂ ਲੜਾਉਂਦੇ ਮੋਢੇ 'ਤੇ ਖੜਾਇਆ, ਜਿਹਨੂੰ ਘੋੜੇ ਦੀ ਕਾਠੀ 'ਤੇ ਪਹਿਲੀ ਵਾਰੀ ਬਿਠਾਇਆ, ਜਿਹਨੂੰ ਆਪ ਕਮਾਨ ਫੜਾਈ ਅਤੇ ਇੱਕ ਦਿਨ ਉਹਦੀ ਕਮਾਂਡ ਦੇ ਵਿੱਚ ਜੰਗ ਲੜਨ ਦਾ ਸੁਭਾਗ ਪ੍ਰਾਪਤ ਕੀਤਾ, ਉਹਨਾਂ ਦਾ ਇੱਕ ਜਰਨੈਲ ਅੱਜ ਉਸ ਰੂਪ ਦੇ ਵਿੱਚ, ਜਦੋਂ ਮਹਾਰਾਜ ਨੰਗੇ ਨਾ, ਤਾਂ ਕਹਿੰਦੇ ਭਾਈ ਦਇਆ ਸਿੰਘ ਦੇ ਮਨ 'ਚ ਮਲਾਲ ਆਇਆ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਹਿਬਜ਼ਾਦਾ ਸੀ, ਇੰਨਾ ਬਹਾਦਰ ਜੰਗਜੂ ਯੋਧਾ, ਮੈਦਾਨੇ ਜੰਗ ਦੇ ਵਿੱਚ ਆਹੂ ਲਵਾਉਂਦਾ ਹੋਇਆ ਆਪਣੀ ਜਾਨ ਹਲੂਲ ਕੇ ਗਿਆ ਆ, ਜੇਕਰ ਹੀ ਮੁੜ ਕੇ ਐਵੇਂ ਦੇਖ ਲੈਂਦੇ ਅਤੇ ਆਵਾਜ਼ ਦਿੰਦੇ, ਉਹ ਪੁੱਤ ਅਜੀਤ ਜੇ ਹੋਏ ਥੱਲੇ ਹੋ ਕੇ ਕਿਤੇ ਆਪਣੇ ਹੱਥ 'ਤੇ ਥੋੜ੍ਹਾ ਜਿਹਾ ਮੱਥੇ 'ਤੇ ਫੇਰ ਦਿੰਦੇ, ਕਿਹੜਾ ਤਿਆਗ ਦੀ ਮਹਿੰਦੀ ਲੈ ਜਾਣੀ ਸੀ। ਪਰ ਮਹਾਰਾਜ, ਤੁਸੀਂ ਇੱਕ ਵਾਰੀ ਮੁੜ ਕੇ ਵੀ ਨਹੀਂ ਦੇਖਿਆ। ਕਹਿੰਦੇ ਨੇ ਆਪਣੇ ਕਮਰ ਕੱਸੇ ਨੂੰ ਖੋਲ੍ਹਣ ਲੱਗਾ, ਅਤੇ ਮਹਾਰਾਜ ਤੁਰਦੇ ਨੇ ਤੇਜ਼ ਕਦਮਾਂ ਨਾਲ, ਅਤੇ ਪਿੱਛੇ ਮੁੜ ਕੇ ਦੇਖਦੇ ਦਇਆ ਸਿੰਘ ਦੇ ਕਦਮ ਰੁਕੇ ਨੇ, ਅਤੇ ਮਹਾਰਾਜ ਆਵਾਜ਼ ਦੇ ਕੇ ਕਹਿੰਦੇ, ਦਇਆ ਸਿੰਘ, ਜਿਨ੍ਹਾਂ ਨੇ ਦੂਰ ਦੀਆਂ ਮੰਜ਼ਲਾਂ ਮਾਪਣੀਆਂ ਹੁੰਦੀਆਂ ਉਹਨਾਂ ਦੇ ਕਦਮਾਂ ਦੀ ਰਵਾਨਗੀ ਨਹੀਂ ਰੁਕਦੀ, ਜਿਨ੍ਹਾਂ ਦੇ ਕੋਲ ਰੁਕ ਰਹੇ ਇਹਨਾਂ ਦੀਆਂ ਮੰਜ਼ਲਾਂ ਪੂਰੀਆਂ ਹੋ ਗਈਆਂ ਨੇ, ਸਾਡੀਆਂ ਮੰਜ਼ਲਾਂ ਦੇ ਟਿਕਾਣੇ ਬੜੇ ਦੂਰ ਨੇ ਹਾਲੇ। ਮੈਂ ਕਈ ਵਾਰੀ ਭਾਈ ਵੀਰ ਸਿੰਘ ਦੀ ਨਜ਼ਮ ਪੜ੍ਹਦਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੋ ਵਾਲੇ ਨੈਣਾਂ ਦੀ ਨੀਂਦਰ ਦਿਨੇ ਰਾਤ ਪੇ ਬਹਿੰਦੇ, ਉਹਨਾਂ ਨੂੰ ਕਿੱਥੇ ਟਿਕਾ। ਕਹਿਣ ਲੱਗਾ, ਮਹਾਰਾਜ, ਤੁਸੀਂ ਦਿਲ ਡਾਢਾ ਕਰਕੇ ਲੰਘਿਓ, ਮੈਂ ਨਹੀਂ ਲੰਘ ਸਕਦਾ, ਮੈਂ ਹੋਰ ਕੁਛ ਨਹੀਂ, ਘੱਟ ਤੋਂ ਘੱਟ ਖੱਫਣ ਦੇ ਰੂਪ 'ਚ ਕੱਪੜਾ ਤੇ ਪਾ ਦਿਆਂ। ਬਿਲੱਗਣ ਜੀ ਦੇ ਬਚਨ ਨੇ ਕਹਿ ਕੇ ਸਮਾਪਤੀ ਕਰ ਦੇਣਾ, ਉਹ ਕਹਿੰਦੇ, ਉਹ ਦਇਆ ਸਿੰਘ, ਜੇ ਲੋੜ ਹੁੰਦੀ ਇਹਨਾਂ ਨੂੰ ਕਫਣਾਂ ਤੇ ਦਫਣਾਂ ਦੀ, ਇਹ ਘਰੇ ਮਰਦੇ ਪਲੰਘਾਂ ਨਵਾਰੀਆਂ 'ਤੇ, ਰੋਕੀ ਰੋਜ਼ ਨਵਾਰੀ ਪਲੰਘਾਂ 'ਤੇ ਉਮਰਾਂ ਭੋਗ ਭੋਗ ਕੇ ਮਰਦੇ ਨੇ,
ਇਹ ਜੀਵਨ ਇੱਕ ਨਵੇਂ ਰੰਗ ਨੂੰ ਰੋ ਚੋਰਿਆ ਹੈ। ਕਿਹਾ ਜੇ ਲੋੜ ਹੁੰਦੀ ਇਹਨਾਂ ਨੂੰ ਕਫਨਾਂ ਅਤੇ ਦਫਨਾਂ ਦੀ, ਇਹ ਘਰੇ ਮਰਦੇ ਪਲੰਘਾਂ ਨਿਵਾਰੀਆਂ 'ਤੇ ਇਹ ਬੇਕਫਨ ਲਾਸ਼ਾਂ ਪੜਦੇ ਪਾਉਣਗੀਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ 'ਤੇ। ਜਿਹੜੀ ਟਕੇ ਟਕੇ ਪੱਤ ਵੇਖਦੀ ਨਾ ਇਸ ਖਿੱਤੇ ਦੀ, ਇਹੀ ਲੋਥਾਂ ਨੇ ਜਿਹੜੀ ਆਉਣ ਵਾਲੀ ਨਸਲਾਂ ਦਾ ਹਿਰਦਾ ਵਿੰਨਣਗੀਆਂ, ਅਤੇ ਜਿਹੜੇ ਉਸ ਰੂਪ ਵਿੱਚ ਖੜ੍ਹੇ ਹੋਣਗੇ, ਜਿਹੜੇ ਜਿਹਨਾਂ ਨੂੰ ਕਿਹਾ ਜਾਏਗਾ ਰੋਕੀ ਬਾਬਾ ਡਾਂਗ ਵਾਲਿਆ ਨਹੀਂ ਤੇ ਰੰਨ ਬਸਰਕੇ ਗਈ, ਉਹ ਸੂਰਮੇ। ਬਚਨ ਕਹਿ ਕੇ ਸਮਾਪਤੀ ਕਰ ਦੇਣਾ। ਦਾਨਿਸ਼ਮੰਦ ਬਚਨ ਕਹਿੰਦਾ, ਮੈਂ ਬਾਤ ਸ਼ੁਰੂ ਕੀਤੀ ਸੀ, ਜ਼ਿੰਦਗੀ ਬੜੀ ਕੀਮਤੀ ਜਿਹਨੂੰ ਗਵਾਉਣਾ ਨਹੀਂ ਗਾ, ਪਰ ਇਹਨੂੰ ਜਿਉਣ ਵਾਸਤੇ ਅਣਖ ਗੈਰਤ ਨੂੰ ਛੱਡਣਾ, ਬਾਬਾ ਜੀ ਕਹਿੰਦੇ ਨਾਲ ਜ਼ਿੰਦਗੀ ਸਿਰੇ ਲਾ ਦੇਣੀ, ਬਿਲੇ ਲਾ ਦੇਣੀ, ਉਹ ਵਾਜਬ ਆ। ਕਹਿੰਦਾ ਦਾਤ ਦੇਤੀ ਹੈ ਗਰਦਿਸ਼ੇ ਦੌਰਾਂ, ਜ਼ਿੰਦਗੀ ਐਹਤਰਾਮ ਕਰਤੀ ਹੈ, ਇਸ਼ਕ ਜਬ ਹੱਦ ਸੇ ਗੁਜ਼ਰਤਾ ਹੈ ਮੌਤ ਝੁੱਕ ਕੇ ਸਲਾਮ ਕਰਦੀ ਹੈ। ਇਹ ਉਹਨਾਂ ਦੀ ਬਾਤ ਕਰ ਰਹੇ ਹਾਂ ਅਸੀਂ ਜਿਨ੍ਹਾਂ ਦੇ ਸਾਹਮਣੇ ਮੌਤ ਛੋਟੀ ਹੋ ਗਈ ਹੈ, ਉਹਨਾਂ ਨੂੰ ਮਾਰ ਕੇ ਵੀ ਕੋਈ ਮਾਰ ਨਹੀਂ ਸਕਿਆ, ਉਹ ਅੱਜ ਵੀ ਜਿਉਂਦੇ ਨੇ ਤੁਹਾਡੀ ਸੁਰਤ 'ਚ, ਸਾਡੀਆਂ ਯਾਦਾਂ 'ਚ, ਸਾਡੇ ਬਚਨਾਂ 'ਚ, ਸਾਡੇ ਇਤਿਹਾਸਾਂ 'ਚ, ਸਾਡੀ ਤਵਾਰੀਖ ਦੇ ਵਿੱਚ। ਇਹੋ ਜਿਹੇ ਮਰਜੀਵੜਿਆਂ ਨੂੰ ਕੋਟਾਨ ਕੋਟ ਨਮਨ। ਇੱਥੇ ਸਮਾਪਤੀ, ਆਉਂਦੇ ਕੱਲ੍ਹ ਅਗਲੀ ਬਾਤ ਪਾਵਾਂਗੇ। ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।